ਤੇ ਸਾਡੇ ਨਾਲ ਦੋ ਮਹਿਮਾਨ ਸਾਡੇ ਸਟੂਡੀਓ 'ਚ ਹੈਗੇ ਨੇ ਲਵੀ ਲਖਤਮ ਜੀ ਤੇ ਮਨਜੋਤ ਢਿੱਲੋਂ ਜੀ ਦੋਵੇਂ ਅਪਕਮਿੰਗ ਸਿੰਗਰਸ ਨੇ ਜੀ ਪੰਜਾਬੀ 뮤직 ਇੰਡਸਟਰੀ ਦੇ ਤੇ ਜਦ ਗੱਲ ਹੁੰਦੀ ਹੈ ਪਿਆਰ ਮੁਹੱਬਤ ਦੀ ਤੇ ਸੰਗੀਤ ਇੱਕ ਇੰਨਾ ਇੰਪੋਰਟੈਂਟ ਪਾਰਟ ਆ ਪਿਆਰ ਮੁਹੱਬਤ ਦਾ ਭਾਵੇਂ ਤੁਹਾਡਾ ਪੈਚ ਅਪ ਹੋ ਰਿਹਾ ਹੋਵੇ ਬ੍ਰੇਕਅਪ ਹੋ ਰਿਹਾ ਹੋਵੇ ਹਰ ਮੌਕੇ ਦੇ ਉੱਤੇ ਕੋਈ ਨਾ ਕੋਈ ਗਾਣਾ ਜ਼ਰੂਰ ਬਣਿਆ ਤੇ ਲਵੀ ਜੀ ਅਸੀਂ ਜੇ ਗੱਲ ਕਰਦੇ ਆ ਨਿਊ ਵੇਜ ਲਵ ਦੀ ਯੂ نو ਯੂ ਆਰ ਵੈਰੀ ਯੰਗ ਟੂ ਸੀ ਆਪ ਐਨਏ ਯੰਗ ਤੁਹਾਡੇ ਵਿਚਾਰ ਕੀ ਨੇ ਜਦ ਨਿਊ ਏਜ ਆਫ ਲਵ ਦੀ ਗੱਲ ਹੁੰਦੀ ਹੈ ਜੇਪਰ ਇਸਤੇ ਗੱਲ ਕਰੀਏ ਨਿਊ ਏਜ ਆਫ ਲਵ ਚ ਇਸ ਚ ਸਪੇਸ਼ੈਂਸ ਤੇ ਸਬਰ ਬਹੁਤ ਘੱਟ ਰਹਿ ਗਿਆ ਹੌ ਬੋਥ ਸਾਈਡਸ ਹਾਂਜੀ ਜੇਪਰ ਪਹਿਲਾਂ ਦੀ ਵੀ ਗੱਲ ਕਰੀਏ ਪਹਿਨਾਂ ਲ ਇੱਕ ਬਹੁਤ ਮੁਸ਼ਕਲ ਨਾਲ ਦਾ ਕਿ ਆਪ ਨੂੰ ਆਪਣੇ ਕ੍ਰਸ਼ ਜਿਵੇਂ ਮਸਾ ਨੰਬਰ ਵੀ ਮਸਾ ਮਿਲਦਾ ਸੀਗਾ ਹਣਾ ਉਹੀ ਗੱਲ ਹੈ ਕਿ ਕਿੰਨਾ ਕੁਝ ਕਰਨਾ ਪੈਂਦਾ ਸੀਗਾ ਨੰਬਰ ਲੈਣ ਹੁਣ ਤਾਂ ਇਹ ਵੀ ਥਿੰਗ ਇਜ਼ ਸੋ ਈਜ਼ੀ ਹੈ ਨਾ ਸਨੈਪ ਚ ਟੈਡੀ ਲੈਣੀ ਇੰਸਟਾਗ੍ਰਾਮ ਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਰਕੇ ਜਿਹੜੀ ਉਹ ਗੈਪ ਆ ਮਿਹਨਤ ਕਰਨ ਨਾਲ ਨੰਬਰ ਲੈਣ ਨਾਲ ਉਹ ਬਹੁਤ ਘਟ ਗਿਆ ਹਾਂਜੀ ਤੇ ਮੈਂ ਕਹਿੰਦਾ ਇਹਦੇ ਚੋਂ ਮਿਹਨਤ ਲੱਗਦੀ ਆ ਬਟ ਨਾਟ 댓 ਮਾਚ ਉਹ ਨਹੀਂ ਲੱਗਦੀ ਤੇ ਜਿਹੜੀ ਚੀਜ਼ ਥੋੜੀ ਜੀ इजीली ਮਿਲ ਜੇ ਤਾਂ ਆਪਾਂ ਕਹਿੰਦੇ ਆ ਕਿ ਇਟਸ ਓਕੇ ਜੋ ਜਾਂਦੀ ਆ ਤਾਂ ਜਾ ਵੀ ਮਠਾਂ ਕੱਲ ਸਭ ਤੇ ਲਾਗੂ ਨਹੀਂ ਹੁੰਦੀ ਕਈ ਟੋੜਨ ਵਾਲੇ ਵੀ ਹੁੰਦੇ ਨੇ ਬਟ ਜਦੋਂ ਮੈਜੋਰਟੀ ਦੀ ਗੱਲ ਕਰੇ ਰਾਈਟ ਨਾਉ ਜੋ ਹੋ ਰਿਹਾ ਸੋ ਆ ਸੋਸ਼ਲ ਮੀਡੀਆ ਦਾ ਜ਼ਿਆਦਾ ਇਨਫਲੂਐਂਸ ਆਉਂਦੇ ਕਰਕੇ ਟੁੱਟਦੀਆਂ ਵਧਣੇ ਤੇ ਲੱਗਦੀਆਂ ਵੀ ਵਧਣੇ ਟੁੱਟਦੀਆਂ ਵਧਣੇ ਕਨਵੀਨੀਅੰਸ ਜ਼ਿਆਦਾ ਹੋ ਗਈ ਹੈ ਹਾਂਜੀ ਬਿਲਕੁਲ ਕਨਵੀਨੀਅੰਸ ਹੋ ਗਈ ਹੈ ਮਨਜੋਤ ਤੁਸੀਂ ਕੀ ਸੋਚਦੇ ਹੋ ਯੂ ਆਲਸੋ ਵੈਰੀ ਯੰਗ ਤੇ ਤੁਹਾਡੇ ਹਿਸਾਬ ਨਾਲ ਅੱਜਕੱਲ ਦੀ ਮੁਹੱਬਤਾਂ 'ਚ ਉਹ ਗੱਲ ਰਹੀਆਂ ਨੇ ਰਹੀ ਹੈ ਮੇਰੇ ਹਿਸਾਬ ਦੇ ਨਾਲ ਅੱਜਕੱਲ ਦੀ ਮੁਹੱਬਤ ਵਿੱਚ ਉਹ ਗੱਲ ਨਹੀਂ ਰਹੀ ਹਮ ਜਿੱਦਾਂ ਕਿ ਲਵੀ ਹੋਣਾ ਨੇ ਕਿਹਾ ਬਿਲਕੁਲ ਸਹੀ ਗੱਲ ਕਹੀ ਜਿਹੜੀ ਪੇਸ਼ੈਂਸ ਆ ਉਹ ਬਹੁਤ ਜ਼ਿਆਦਾ ਘਟ ਗਈ ਆ ਤੇ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਮੁਹੱਬਤ ਹੁੰਦੀ ਆ ਪਿਆਰ ਆ ਉਹ ਪੇਸ਼ੈਂਸ ਬਹੁਤ ਮੰਗਦੀ ਆ ਸਬਰ ਸੋਸ਼ਲ ਮੀਡੀਆ ਦੇ ਨਾਲ ਬਹੁਤ ਇਨਫਲੂਐਂਸ ਹੋ ਰਿਹਾ ਸਾਰੇ ਜਾਣੇ ਤੇ ਟਾਈਮ ਪਾਸ ਜ਼ਿਆਦਾ ਹੋ ਰਿਹਾ ਆ ਪਿਆਰ ਘਟ ਹੋ ਰਿਹਾ ਪਿਆਰ ਦੇ ਨਾਂ ਤੇ ਟਾਈਮ ਪਾਸ ਹੋ ਰਿਹਾ ਬਿਲਕੁਲ ਬਿਲਕੁਲ ਹਾਂਜੀ ਤੇ ਲਵੀ ਤੁਸੀਂ ਮੈਂਸ਼ਨ ਕੀਤਾ ਕਿ ਕਈ ਅੱਜਕੱਲ੍ਹ ਨਿਭਾਉਂਦੇ ਵੀ ਨਹੀਂ ਨੇ ਅਮ ਜਦ ਯੂ نو ਜਦ ਵਿਆਹ ਸ਼ਾਦੀ ਹੁੰਦੀ ਹੈ ਤੇ ਪਹਿਲਾ ਪੀਰੀਅਡ ਤਾਂ ਹਨੀਮੂਨ ਪੀਰੀਅਡ ਕਹਿੰਦੇ ਨੇ ਉਹਨੂੰ ਹਨਾ ਕੋਈ ਲੜਾਈ ਝਗੜੇ ਨਹੀਂ ਹੁੰਦੇ ਸਬਰ ਹੁੰਦਾ ਹੈ ਕਿ ਦੂਜੇ ਨੂੰ ਸਮਝਦੇ ਆਂ ਸੀ ਪਰ ਵਕਤ ਦੇ ਨਾਲ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਬਿਲਕੁਲ ਤੇ ਉਸ ਟਾਈਮ ਦੇ ਜਦ ਅਸੀਂ ਲੜਦੇ ਝਗੜਦੇ ਆ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਰੈਲਾਈਜ਼ ਕਰੀਏ ਕਿ ਅਸੀਂ ਵਿਆਹ ਕਿਉਂ ਕਰਾਇਆ ਸੀ ਉਸ ਟਾਈਮ ਤੇ ਅਸੀਂ ਕਿਹੋ ਜੇ ਸੀਗੇ ਹਾਂਜੀ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੁਝ ਲਿਖਿਆ ਵੀ ਹੈ ਇਹਦੇ ਬਾਰੇ ਇਸ ਚ ਇੱਕ ਗਾਣਾ ਹੈਗਾ ਫੋਗ ਗਾਣਾ ਲਿਖਿਆ ਹੋਇਆ ਇੰਦਰ ਗਾਰਡਿੰਗ ਹਾਂਜੀ ਤੇ ਜਿਵੇਂ ਵਿਚਾਰ ਦੀ ਗੱਲ ਕਰਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਸਮੇਂ ਦੇ ਨਾਲ ਜਿਵੇਂ ਵਿਆਹ ਤੋਂ ਬਾਅਦ ਬੱਚੇ ਵੀ ਆਉਂਦੇ ਹਨ ਨਾ ਜ਼ਿੰਮੇਵਾਰੀਆਂ ਵਧ ਜਾਂਦੀਆਂ ਨੇ ਉਸ ਕਰਕੇ ਉਹ ਕਹਿੰਦੇ ਕਿ ਪਿਆਰ ਵੰਡਿਆ ਜਾਂਦਾ ਹਨ ਉਸ ਚੀਜ਼ ਜ਼ਿੰਮੇਵਾਰੀਆਂ ਨਾਲ ਥੋੜਾ ਜਿਹਾ ਆਪਾਂ ਇਹ ਨਹੀਂ ਕਹਾਂਗੇ ਪਿਆਰ ਘਟਦਾ ਨਹੀਂ ਹੁੰਦਾ ਕਿਸੇ ਨਾਲ ਜੇ ਆਪਾਂ ਆਪਣੇ ਪਾਰਟਨਰ ਦੀ ਗੱਲ ਕਰਕੇ ਬਸ ਮੜਾ ਧਿਆਨ ਹੋ ਜਾਂਦਾ ਨਾ ਚੀਕ ਤੇ ਹੋਰ ਚਲੀ ਜਾਂਦੀ ਨੇ ਪਿਆਰ ਉਹ ਨਹੀਂ ਰਹਿੰਦਾ ਬਸ ਮੜਾ ਆਪਣਾ ਧਿਆਨ ਬੱਚਿਆਂ ਵੱਲ ਚਲੇ ਜਾਂਦਾ ਬਹੁਤ ਹੋਰ ਜ਼ਿੰਮੇਵਾਰੀਆਂ ਪੈ ਜਾਂਦੇ ਨੇ ਬਿਲਕੁਲ ਤੇ ਹਾਂਜੀ ਉਹ ਹੀ ਬਿਲਕੁਲ ਤੇ ਤੁਸੀਂ ਕੁਝ ਇਹਦੇ ਬਾਰੇ ਸੁਣਾਣਾ ਵੀ ਚਾਹੋਗੇ ਸਾਨੂੰ ਹਾਂਜੀ ਜਰੂਰ ਇੱਕ ਮੈਂ ਗਾਣਾ ਸੁਣਾ ਦਿੰਨਾ ਇਸ ਤੇ ਲਿਖਿਆ ਹੋਇਆ ਸੀਗਾ ਜਰੂਰ ਕਿ ਜਦੋਂ ਬੰਦਾ ਰਿਮਾਈਂਡ ਕਰਦਾ ਆਪਦਾ ਪੁਰਾਣਾ ਸਮਾਂ ਹਨ ਤੇ ਜੇ ਆਪ ਉਸ ਗੱਲ ਆ ਕਿ ਹੂੰ ਆ ਹਿਸਿਓ ਦਿਨ ਤੇ ਮਹੀਨੇ ਜਦੋਂ ਮਿਲਿਆ ਤੂੰ ਦੱਸਿਆ ਪਿਆਰ ਹੁੰਦਾ ਕੀ ਵੇ ਖਾਬਾਂ ਵਿੱਚ ਜਿਹੜੇ ਤੇਰੇ ਨਾਲ ਮੈਂ ਸਾਰੇ ਤੇਰਾ ਪਿਆਰ ਉਹਨਾ ਮਹਿਲਾਂ ਦੀ ਆ ਨਹੀਂ ਵੇ ਪਿਆਰ ਉਹਨਾ ਮਹਿਲਾਂ ਦੀ ਆ ਨਹੀਂ ਵੇ ਇੱਕੋ ਹੀ ਤਾਂ ਤੇਰਾ ਮੇਰਾ ਸਮਰਲ ਧਾਵੇ ਲੱਗੀ ਰਹਿੰਦੀ ਆ ਓਢੀਕ ਸਵਾ 9 ਦੀ ਹੋਏ ਮੁਹabbਤੀ ਸਵੈਟਰਾਂ ਨੂੰ ਵਿੱਡੇ ਕਈ ਸਾਲ ਹੋਣ ਲੱਗਿਆ ਬਾਰੀਕ ਤੰਦ ਮੋਦੀ ਹੋਏ ਮੁਹabbਤੀ ਸਵੈਟਰਾਂ ਨੂੰ ਵਿੱਡੇ ਗਈ ਸਾਲ ਹੁਣ ਹੋਣ ਲੱਗਿਆ ਬਾਰੀਕ ਤੰਦ ਮੋਦੀ ਤੂੰ ਲੜਦਾ ਬਥੇਰਾ ਪਿਆਰ ਕਰੇ ਦੁਗਣਾ ਤੇ ਲੜ ਰੋ ਸਮਨ ਕੇ ਹੀ ਸਾਥ ਮੁਗਣਾ ਵਸਲਾਂ ਦੇ ਵਕਤਾਂ ਲਈ ਨੈਣ ਤਰਸੇ ਤੇ ਤਰਸੇ ਨਾ ਨਾ ਨੇ ਤੇਰੇ ਵਿੱਚ ਡੁੱਬਣਾ ਤਰਸੇ ਨਾ ਨਾ ਨੇ ਤੇਰੇ ਵਿੱਚ ਡੁੱਬਣਾ ਕਰਾ ਨਾ ਯਕੀਨਿਓ ਜ ਕਸਮਾਂ ਤੇ ਮੈਂ ਕਰਾ ਨਾ ਯਕੀਨਿਓ ਜ ਕਸਮਾਂ ਤੇ ਮੈਂ ਜਾਣ ਕੱਢ ਲੈਂਦੀ ਗੱਲ ਤੇਰੀ ਸੌਂਦੀ ਹੋਏ ਮੁਹੱਬਤੀ ਸਵੈਟਰਾਂ ਨੂੰ ਵਿੱਡੇ ਕਈ ਸਾਲ ਹੁਣ ਹੁਣ ਲੱਗੀ ਆ ਬਾਰੀਕ ਤੰਦ ਮੋਹ ਦੀ ਇਹ ਕਈਆਂ ਦੀ ਸਚਾਈ ਹੈ ਜੀ ਇਹਦੀ ਸੱਚਾਈ ਹੈ ਤੇ ਤੁਹਾਨੂੰ ਤੁਸੀਂ ਲਿਖਿਆ ਜੀ ਇਹ ਇਹ ਗਾਣਾ ਤੁਹਾਨੂੰ ਇਨਸਪੀਰੇਸ਼ਨ ਕਿੱਦਾਂ ਆਈ ਇਹ ਲਵਜ਼ ਲਿਖਣ ਦੀ ਅਮ ਇਹ ਪਏ ਕਹਿ ਸਕਦੇ ਆ ਕਿ ਮੈਂ ਕਿਤਾਬਾਂ ਪੜਨ ਦਾ ਸ਼ਕੀਨ ਆ ਜੀ ਹੂੰ ਤੇ ਸਾਹਿਤ ਪੜ ਵੀ ਰਹੇ ਆ ਤੇ ਜਿੰਨਾ ਮੜਾ ਮੋਟਾ ਪੜਿਆ ਹੈ ਨਾ ਜਦੋਂ ਪੜਨਾ ਸਟਾਰਟ ਕੀਤਾ ਸੀ ਸਾਹਿਤ ਉਦੋਂ ਇਦਾਂ ਕਿਉਰਿਓਸਿਟੀ ਹੋਣੀ ਕਿ ਆ ਰਾਈਟਰ ਨੇ ਲਿਖਿਆ ਹਨਾ ਇਹਨਾਂ ਨੇ ਕਿੱਦਾਂ ਲਿਖਿਆ ਹੋਣਾ ਕਿੱਥੋਂ ਇਹਨਾਂ ਨੇ ਸ਼ਬਦ ਆਏ ਹੋਣੇ ਆ ਪਰ ਹੌਲੀ ਜੀ ਚੀਜ਼ ਆਪਾਂ ਤੁਰਦੇ ਜਾਂਦੇ ਆ ਤੇ ਉਹ ਚੀਜ਼ਾਂ ਅਸਰ ਕਰਦੀਆਂ ਨੇ ਆਪਣੇ ਤੇ ਹਨਾ ਜੀ ਫਰ ਲਫ਼ਜ਼ਾਂ ਲਈ ਹੋਰ ਕਿਤਾਬਾਂ ਪੜ੍ਹਦੀਆਂ ਪਈਆਂ ਮਾੜਾ ਸ਼ਬਦ ਕੁਛ ਵੱਲ ਗਏ ਹੂੰ ਤੇ ਬਸ ਇਦਾਂ ਹੀ ਵੈਗੁਰੂ ਨੇ ਕਿਰਪਾ ਕਰਤੀ ਲੱਗਣ ਲੱਗੇ ਕਿਉਰਿਓਸਿਟੀ ਇੰਟਰਸਟ ਹੈਗਾ ਤੇ ਸੋਚ ਆਪਣੇ ਆਪ ਹੀ ਆ ਜਾਂਦੀ ਹੈ ਕੁਛ ਨਾ ਕੁਛ ਵੇਖ ਕੇ ਪੜ੍ਹ ਕੇ ਉਹਨੂੰ ਮੋਰ ਮਾਰ ਕੇ ਤੁਸੀਂ ਆਪਣੀ ਇੱਕ ਸੋਚ ਬਣਾ ਲੈਂਦੇ ਹੋ ਤੇ ਉਹਦੇ ਉੱਤੇ ਆਪਣੇ ਲੇਖ ਲਿਖਦੇ ਹੋ ਤੇ ਮਨਜੋਤ ਗੱਲ ਹੋ ਰਹੀ ਹੈ ਜੀ ਵਿਆਹ ਦੀ ਪਿਆਰ ਦੀ ਮੁਹੱਬਤ ਦੀ ਤੇ ਬੋਲੀਆਂ ਤਾਂ ਬੰਦੀਆਂ ਹੀ ਨੇ ਤੇ ਇਸ ਮੌਕੇ ਤੇ ਤੁਸੀਂ ਕੋਈ ਆਪਣੀ ਫੇਵਰਿਟ ਬੋਲੀ ਜਾਂ ਕੁਝ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੋਵੇ ਆ ਮੇਰੇ ਦਿਮਾਗ ਵਿੱਚ ਟੱਪੇ ਆ ਰਹੇ ਆ ਇਸ ਵੇਲੇ ਟੱਪੇ ਆ ਰਹੇ ਨੇ ਚਲੋ ਜੀ ਟੱਪੇ ਹੋ ਜਾਣ ਸਰਤਾਜ ਜੀ ਦੇ ਟੱਪੇ ਨੇ ਮੈਨੂੰ ਬੜੇ ਪਸੰਦ ਆ ਤੇ ਜਿਹੜੇ ਆਪਾਂ ਟੌਪਿਕ ਤੇ ਗੱਲ ਕਰ ਰਹੇ ਆ ਉਹਦੇ ਨਾਲ ਵੀ ਪੂਰੇ ਟੱਕਦੇ ਆ ਪਿਆਰ ਇਸ਼ਕ ਦੇ ਨਾਲ ਮੈਂ ਉਹ ਸੁਣਾਉਣਾ ਚਾਹੂੰਗੀ दो तारिशारिश मैं ते नबज़ वेखी तेन मरीज़ाइकदियां के मैं ते नबज़ु वेखी मैं तेनू मैनू मरीज़

ਤੇ ਮਨਜੋਤੇ ਟੱਪਿਆਂ ਦਾ ਸ਼ੌਕ ਤੁਹਾਨੂੰ ਕਦੋਂ ਚੜਿਆ ਤੇ ਕਿਉਂ ਚੜਿਆ ਟੱਪਿਆਂ ਦਾ ਸ਼ੌਕ ਬਸ ਸ਼ੁਰੂ ਤੋਂ ਸਕੂਲ ਟਾਈਮ ਤੋਂ ਗਿੱਧਾ ਪਰਫਾਰਮ ਕਰਦੇ ਆ ਰਹੇ ਆ ਈਵਨ ਆਪਣੇ ਘਰਾਂ 'ਚ ਵਿਆਹ ਸ਼ਾਦੀਆਂ 'ਚ ਪਿੰਡਾਂ ਦਾ ਮਾਹੌਲ ਘਰਾਂ ਦਾ ਮਾਹੌਲ ਟੱਪੇ ਆਪਾਂ ਅਕਸਰ ਗਾਉਨੇ ਵੀ ਆ ਸੁਣਦੇ ਵੀ ਆ ਤੇ ਟੱਪਿਆਂ ਦਾ ਸ਼ੌਕ ਤਾਂ ਹਮੇਸ਼ਾ ਹੀ ਰਹਿੰਦਾ ਹਮੇਸ਼ਾ ਹੀ ਰਹਿੰਦਾ ਤੇ ਲਾ ਵੀ ਤੁਹਾਨੂੰ ਤਪਿਆ ਦਾ ਸ਼ੌਕ ਹੈਗਾ ਤੁਸੀਂ ਤਾਂ ਬਲਕਿ ਮੈਂ ਸਾਡੇ ਲਿਸਨਰਸ ਨੂੰ ਦੱਸ ਦਵਾਂ ਕਿ ਲਵੀਨੇਕ ਮੇਰੇ ਸ਼ੋਅ ਦੇ ਵਿੱਚ ਕਾਲ ਕੀਤੀ ਸੀਗੀ ਤੇ ਅੱਜ ਦੇ ਬਹੁਤ ਚੰਗੇ ਫਰੈਂਡ ਵੀ ਹੈਗੇ ਨੇ ਤੇ ਇਹਨਾਂ ਨੇ ਸ਼ੋਅ ਦੇ ਉੱਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਨੂੰ ੳਰਦੀ ੳਰਦੀ ਖਬਰ ਮਿਲੀ ਹੈ ਤੁਸੀਂ ਗੋਂਦੇ ਵੀ ਹੋ ਤੇ ਇਹਨਾਂ ਨੇ ਬਹੁਤ ਪਿਆਰਾ ਗਾਣਾ ਗਾਇਆ ਸੀਗਾ ਉਸ ਵੇਲੇ ਸਾਡੇ ਲਈ ਤੇ ਤੁਸੀਂ ਮੈਨੂੰ ਕਿਹਾ ਸੀ ਟੱਪਿਆਂ ਦਾ ਵੀ ਸ਼ੌਕ ਆ ਤੇ ਉਹ ਦੱਸੋ ਸਾਨੂੰ ਉਹ ਕਿੱਦਾਂ ਆਇਆ ਹਾਂਜੀ ਬਿਲਕੁਲ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਹਨ ਕਿ ਸਾਹਿਦ ਪੜਦੇ ਚ ਟੱਪੇ ਵੀ ਕੋ ਬੜਾ ਆਮ ਰੂਲ ਨਬੋਂ ਦੇ ਨੇ ਹਣਾ ਜੀ ਸੋ ਬਾਕੀ ਟੱਪਿਆਂ ਦੀ ਬੈਸਟ ਜੀ ਉਹਨੂੰ ਇਹ ਲੱਗਦੀ ਉਹਨਾਂ ਤਰਜ ਨਾ ਉਹਨਾਂ ਦੀ ਤਰਜ ਬਹੁਤ ਸੂਦੀng ਹੈ ਹਾਂਜੀ ਤੇ ਕੁਝ ਰਾਈਮਿੰਗ ਹੈ ਤੇ ਕੋ ਰਾਈਮਿੰਗ ਦਾ ਜੀ ਤਰਜ ਦਾ ਕੰਬੀਨੇਸ਼ਨ ਬਣਦਾ ਨਾ ਉਹ ਕਿਆ ਬਾਤ ਹੈ ਜੀ ਹੂੰ ਕੋਈ ਦਿਮਾਗ ਚ ਆ ਰਿਹਾ ਇਸ ਵੇਰੇ ਹਾਂ ਹਾਂਜੀ ਮੈਂ ਉਹੀ ਸੁਣਾਉਂ ਇਥੋਂ ਮੈਂ ਕਾਲ ਤੇ ਸੁਣਾਈ ਸੀ ਜਿਹੜੇ ਹਾਂਜੀ ਹਾਂਜੀ ਜ਼ਰੂਰ ਤਾਂ ਕਹਿੰਦਾ ਜੀ ਹੂੰ ਸਾਡੇ ਸ਼ਹਿਰ ਕਦ ਆ ਮਾਈਆ ਸਾਡੇ ਸ਼ਹਿਰ ਕਦ ਆ ਮਾਈਆ ਵੇ ਨਹੀਂ ਕਿਉਂ ਕੰਜੂਸੀ ਕਰਦਾ ਫੇ ਨਹੀਂ ਕਿਉਂ ਕੰਜੂਸੀ ਕਰਦਾ ਹੋ ਮਾਇਆ ਸਾਡੇ ਤੇ ਉੜਾ ਮਾਇਆ ਏ ਮਾਇਆ ਸਾਡੇ ਤੇ ਉੜਾ ਹਮਾਇਆ ਬਨੇਰੇ ਤਰ ਦਈਏ ਦੀਵੇ ਨਹੀਂ ਬਨੇਰੇ ਤਰ ਦਈਏ ਦੀਵੇ ਨਹੀਂ ਤੂੰ ਹੜਾ ਐਵੇਂ ਰੁੱਸੇ ਆਣਾ ਕਰ ਕੋਈ ਵੇਖ ਤੈਨੂੰ ਜੀਵੇ ਨਹੀਂ ਤੁਹਾੜਾ ਐਵੇਂ ਰੁੱਸਿਆ ਨਾ ਕਰ ਕੋਈ ਵੇਖ ਤੈਨੂੰ ਜੀਵੇ ਨੀ ਕੋਸ਼ਕ ਚਲਾਕ ਸੱਜਣਾ ਦੀ ਗੱਲ ਐ ਤੈਨੂੰ ਦਿੱਤੀਆਂ ਆਜ਼ਾਦੀਆਂ ਨੇ ਤੈਨੂੰ ਦਿੱਤੀਆਂ ਆਜ਼ਾਦੀਆਂ ਨੇ ਵੇ ਮਾਫ ਹੋਣ ਗੁੱਸਹ ਤਾਖੀਆਂ ਤੂੰ ਤਾਂ ਕਰਦਾ ਚੁਲਾਕੀਆਂ ਵੇ ਮਾਫ ਹੋਣ ਗੁਸ ਤਾਖੀਆਂ ਤੂੰ ਤਾਂ ਕਰਦਾ ਚੁਲਾ ਕੀ ਹਾਵੇ ਤੇ ਅੱਜ ਕੱਲ ਅਸੀਂ ਕਹਿ ਰਹੇ ਹਾਂ ਨਿਊ 에ਜ ਲਵ ਜੀਨੂੰ ਕਹਿੰਦੇ ਆ ਥੋੜਾ ਜਿਹਾ ਡਿਫਰੈਂਟ ਆ ਥੋੜਾ ਨਹੀਂ ਕਾਫੀ ਡਿਫਰੈਂਟ ਕਹਿ ਲੋ 올ਡ 에ਜ 올ਡ ਸਕੂਲ ਲਵ ਨਾਲੋ ਤੇ ਮੈਂ ਸ਼ੋਅ ਦੇ ਸ਼ੁਰੂਆਤ ਦੇ ਵਿੱਚ ਕੰਪੈਰੀਜ਼ਨ ਕੀਤਾ ਸੀਗਾ ਇੱਕ ਪੁਰਾਣਾ ਗਾਣਾ ਇੱਕ ਨਵਾਂ ਗਾਣਾ ਤੇ ਨਵਾਂ ਗਾਣਾ ਜਿਹੜਾ ਆਇਆ ਹੈਗਾ ਇੱਕ ਹਿੰਦੀ ਮੂਵੀ ਦਾ ਆਇਆ ਹੈਗਾ ਤੇ ਇਹਦੇ ਵਿੱਚ ਰਣਬੀਰ ਕਪੂਰ ਜੀ ਹੈਗੇ ਨੇ ਪਿਆਰ ਹੋਤਾ ਕਈ ਬਾਰ ਹੈ ਇਹ ਗਾਣੇ ਦਾ ਟਾਈਟਲ ਹੈ ਤੇ ਗਾਣੇ ਦੇ ਵਿੱਚ ਜਿਹੜੇ ਲਿਰਿਕਸ ਨੇ ਜਿਹੜੇ ਬੋਲ ਨੇ ਉਹ ਇਹੀ ਦਰਸਾਉਂਦੇ ਨੇ ਕਿ ਤੁਸੀਂ ਜੇ ਬਾਰ-ਬਾਰ ਪਿਆਰ ਕਰੋ ਵੱਖਰੇ-ਵੱਖਰੇ ਲੋਕਾਂ ਨਾਲ ਦੈਟਸ ਟੋਟਲੀ ਫਾਈਨ ਇਹਦੇ ਗਾਣੇ ਦੀ ਇੱਕ ਲਾਈਨ ਜਿਹੜੀ ਆ ਮੈਂ ਤੁਹਾਨੂੰ ਦੱਸ ਦਿੰਦੀ ਆ ਇੱਕ ਲਾਈਨ ਕਹਿੰਦੀ ਹੈ ਸਿਰਫ ਇੱਕ ਪੇ ਕੀਆ ਤੋ ਦਿਲ ਨਿਸਾਰ ਕਿਆ ਕੀਆ ਪਿਆਰ ਹੋਤਾ ਕਈ ਬਾਰ ਜ਼ਿੰਦਗੀ ਕੇ ਦਿਨ ਚਾਰ ਹੈ ਤੋ ਲੈਨੇ ਕਿਉ ਫੇਰੇ ਸਾਥ ਹੈ ਤੇ ਤੁਹਾਡੇ ਕੀ ਵਿਚਾਰ ਨੇ ਦੀ ਇਹਦੇ ਬਾਰੇ ਮਨਜੋਤ ਜੀ ਤੁਹਾਡੇ ਨਾਲ ਸ਼ੁਰੂਆਤ ਕਰਦੇ ਆ ਬਿਲਕੁਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ 올ਡ ਏਜ ਜਿਹੜਾ ਲਵ ਹੈਗਾ ਆ ਤੇ ਜਿਹੜਾ ਅੱਜ ਦੀ ਤਰੀਕੇ ਚ ਲਵ ਚੱਲ ਰਿਹਾ ਬੜਾ ਕੁਝ ਚੇਂਜ ਹੋ ਗਿਆ ਹਮ ਆਫਕੋਰਸ ਪੇਸ਼ੈਂਸ ਮੁੱਕ ਗਈ ਜੋ ਵੀ ਆ ਹੈਨਾ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਇਦਾਂ ਲੱਗਦਾ ਆ ਕਿ ਜਿਹੜੀ ਵੈਸਟਰਨਾਈਜ਼ੇਸ਼ਨ ਆ ਨਾ ਹਮ ਉਹਨੂੰ ਬਹੁਤ ਜ਼ਿਆਦਾ ਅਪਣਾਉਣ ਲੱਗ ਗਏ ਆ ਆਪਾਂ ਹੁਣ ਜਿਵੇਂ ਤੁਸੀਂ ਇਸ ਗਾਣੇ ਦੀ ਗੱਲ ਕੀਤੀ ਐ ਠੀਕ ਆ ਸ਼ਾਇਦ ਉਹ ਹਰ ਚੀਜ਼ ਦੇ ਬੜੇ ਫੈਕਟਸ ਹੋ ਜਾਂਦੇ ਆ ਬੜੇ ਪਹਿਲੂ ਹੋ ਜਾਂਦੇ ਆ ਹਰ ਚੀਜ਼ ਦੇ ਦੇਖਣ ਦਾ ਨਜ਼ਰੀਆ ਹੋ ਜਾਂਦਾ ਕਿਸੇ ਦਾ ਦੇਖਣ ਦਾ ਨਜ਼ਰੀਆ ਹੋ ਰਿਹਾ ਕਿਸੇ ਦਾ ਦੇਖਣ ਦਾ ਨਜ਼ਰੀਆ ਹੋ ਰਿਹਾ ਆਈ ਥਿੰਕ ਇਟ ਇਜ਼ ਹਾਂ ਜਿਦਾਂ ਉਹਨਾਂ ਨੇ ਕਿਹਾ ਕਿ ਪਿਆਰ بار بار ਹੋ ਸਕਦਾ ਆ ਹਾਂ ਪਿਆਰ ਹੋ ਸਕਦਾ ਦੁਬਾਰਾ ਵੀ ਪਰ ਜਦੋਂ ਸਾਨੂੰ ਇੱਕ ਨਾਲ ਹੀ ਉਸ ਤਰੀਕੇ ਦਾ ਪਿਆਰ ਆ ਜਿਹੋ ਜਿਹਾ ਉਹ ਸਹੀ ਢੰਗ ਨਾਲ ਹੋਣਾ ਚਾਹੀਦਾ ਤੇ ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਦੂਜੇ ਪਰਸਨ ਨੂੰ ਅਪਰੋਚ ਕਰਨ ਦੀ ਲੋੜ ਆ ਸਾਨੂੰ ਕਿਸੇ ਦੂਜੇ ਨਾਲ ਪਿਆਰ ਕਰਨ ਦੀ ਲੋੜ ਆ ਆਪਾਂ ਕੋਈ ਵੀ ਚੀਜ਼ ਯੂਜ਼ ਕਰਕੇ ਉਹਨੂੰ ਅੱਗੇ ਨਹੀਂ ਵਧ ਸਕਦੇ ਮਤਲਬ ਯੂਜ਼ ਕਰਕੇ ਥਰੋ ਕਰਕੇ ਯੂ ਕੈਨੋਟ ਗੋ ਫਾਰਵਰਡ ਹੈਨਾ ਕਿਸੇ ਨੂੰ ਅਸੀਂ ਦਿਲ ਦਿਖਾਉਨੇ ਆ ਕਿਸੇ ਦੇ ਸਾਨੂੰ ਨਹੀਂ ਪਤਾ ਕਿ ਅਗਲੇ ਦੀ ਲਾਈਫ ਤੇ ਕਿੱਦਾਂ ਦਾ ਇੰਪੈਕਟ ਪੈ ਸਕਦਾ ਤੁਹਾਡੇ ਉਸ ਐਕਟ ਦਾ ਬਿਲਕੁਲ ਸੋ ਕਿਸੇ ਨੂੰ ਬਰਬਾਦ ਕਰਕੇ ਕਿਸੇ ਦੇ ਇਮੋਸ਼ਨਸ ਨਾਲ ਪਲੇ ਕਰਕੇ ਚਾਹੇ ਉਹ ਮੈਨੀਪੂਲੇਟ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਜਿੱਦਾਂ ਵੀ ਤਰੀਕੇ ਦੇ ਨਾਲ ਆਪਾਂ ਅਪਣਾਉਨੇ ਆਂ ਉਹ ਇੱਕ ਚੰਗੀ ਚੀਜ਼ ਨਹੀਂ ਹੋਊਗੀ ਬਾਕੀ ਉਹੀ ਨਜ਼ਰੀਆ ਸਾਰਿਆਂ ਦਾ ਵਖਰਾ ਵਖਰਾ ਹੈ ਨਜ਼ਰੀਆ ਵਖਰਾ ਵਖਰਾ ਹੈ ਲਵੀ ਹਾਂਜੀ ਬਿਲਕੁਲ ਜੀ ਮਨਜੂਤ ਨੇ ਬਿਲਕੁਲ ਸਹੀ ਕਿਹਾ ਤੇ ਮੈਂ ਨਾਲ ਸਹਿਮਤ ਹਾਂ ਗੱਲ ਕਰਕੇ ਸੋ ਆਪਾਂ ਇਹ ਕਹਿ ਸਕਦੇ ਆਂ ਕਿ ਇਸ ਕੇਸ 'ਚ ਕਿ ਇੱਕੋ ਵਕਤ ਸਾਰਿਆਂ ਨਾਲ ਪਿਆਰ ਕਰਨਾ ਮੈਂ ਤੇ ਮੁਹੱਬਤ ਵਾਲੀ ਪਿਆਰ ਦੀ ਗੱਲ ਕਰਦਾ ਕਿ ਇੱਕੋ ਵਕਤ ਇੱਕ ਤੋਂ ਵੱਧ ਲੜਕੀਆਂ ਨਾਲ ਪਿਆਰ ਕਰਨਾ ਉਹ ਗਲਤ ਹੈ ਦੈਟਸ ਅ ਰੋਂਗ ਬਟ ਜੇ ਆਪਾਂ ਇੱਕ ਗਾਣੇ ਦੀ ਗੱਲ ਕਰੀਏ ਕਿ ਬਾਰ-ਬਾਰ ਪਿਆਰ ਹੋ ਜਾਂਦਾ ਹਨ ਇਹ ਵੀ ਗਲਤ ਨਹੀਂ ਹਾਂ ਬਾਰ-ਬਾਰ ਪਿਆਰ ਹੋ ਜਾਂਦਾ ਬਟ ਇੱਕੋ ਵਕਤ ਸਾਰਿਆਂ ਨਾਲ ਨਾ ਹੋਵੇ ਉਹਨੂੰ ਆਪਾਂ ਦਗਾ ਕਹਿੰਦੇ ਨੂੰ ਆਪਾਂ ਬਿਫਾਈ ਕਹਿ ਦਿੰਦੇ ਹਾਂ ਹਾਂਜੀ ਪਰ ਇੱਕ ਗੱਲ ਮੈਂ ਤੋਂ ਹੋਰ ਐਡ ਆਨ ਕਰਨਾ ਚਾਹੂੰਗਾ ਕਿ ਜਿਵੇਂ ਅੱਜ ਦੇ ਟਾਈਮ 'ਚ ਦਗਾ ਧੋਖੇ ਬਾਜੀ ਇਹ ਕਾਮਨ ਚੀਜ਼ਾਂ ਚੱਲ ਰਹੀਆਂ ਨੇ ਹਨਾ ਸੋ ਲੈਟਸ ਸੇ ਵਨ ਆਫ ਦਾ ਪਾਰਟਨਰ ਉਹਨੇ ਡਿਚ ਕਰਤਾ ਉਹਦੇ ਯਕਨਾਂ ਸੈਕੰਡ ਪਾਰਟਨਰ ਨੂੰ ਤੇ ਜੇ ਬੰਦਾ ਫਿਰ ਇਸੇ ਚੇ ਬੰਦਾ ਇਥੇ ਇਹ ਸੋਚ ਕੇ ਬਹਿ ਜੇ ਹਨਾ ਕਿ ਉਹਨੇ ਮੈਨੂੰ ਡਿਚ ਕਰਤਾ ਤੇ ਓਕੇ ਮੇਰੀ ਲਾਈਫ ਖਤਮ ਆ ਮੈਨੂੰ ਤਾਂ ਕਿਸੇ ਨਾਲ ਪਿਆਰ ਹੀ ਨਹੀਂ ਹੋ ਸਕਦਾ ਹੁਣ ਸੋ ਇਸ ਟੋਟਲੀ ਐਂਡ ਮੈਂ ਕਹੂੰਗਾ ਉਹ ਥੇ ਚੀਜ਼ ਗਲਤ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਆਪ ਨੂੰ ਪਾਰਟਨਰ ਨੇ ਡਿਚ ਕਰਤਾ ਕਿ ਆਪਣੇ ਚ ਪਿਆਰ ਮੁਗ ਗਿਆ ਆਪ ਨੂੰ ਪਿਆਰ ਹੋ ਨਹੀਂ ਸਕਦਾ ਹਨਾ ਪਿਆਰ ਹਾਂਜੀ ਜਰੂਰ ਹੋ ਸਕਦਾ ਤੇ ਵਧੀਆ ਆਪ ਇਹ ਨਹੀਂ ਕਿ ਉਹ ਪਿਆਰ ਹੀ ਮੁਗ ਗਿਆ ਪਿਆਰ ਆਪ ਨੂੰ ਹੋ ਸਕਦਾ ਡੈਫੀਨਟਲੀ ਬਟ ਕੁਝ ਜਮ ਸਮਾਸਾਂ ਨਾਲ ਅ ਇੱਕ ਤੋਂ ਵੱਧ ਉਹ ਗਲਤ ਆ ਇੱਕ ਚੀਜ਼ ਮੈਂ ਹੋਰ ਇਥੇ ਕਹਿਣਾ ਚਾਹੂੰਗਾ ਕਿ ਜੋ ਅੱਜ ਕੱਲ ਚੱਲ ਰਿਹਾ ਹਨ ਉਹ ਅੱਜ ਕੱਲ ਆ ਕਿ ਸੈਕੰਡ ਲਵ ਚਲੋ ਪਹਿਲੇ ਪਿਆਰ ਚੋਂ ਆਪਾਂ ਕਿਹਾ ਧੋਖਾ ਮਿਲਿਆ ਤਾਂ ਦੂਜੇ ਪਿਆਰ ਚ ਇਹਨੂੰ ਮੂਵ ਆਨ ਹੋਣ ਦੀ ਇੱਕ ਸਹਾਰਾ ਲੈ ਲਿੰਦਾ ਉਹ ਵੀ ਗਲਤ ਆ ਹਨ ਆਪਾਂ ਨੂੰ ਦੂਜੀ ਮੁਹੱਬਤ ਹੁੰਦੀ ਹੈ ਹੁਣ ਆਪਾਂ ਮੂਵ ਆਨ ਦਾ ਹੈਲਪ ਨਾ ਲੱਗੇ ਉਹਨੂੰ ਵੀ ਪਿਆਰ ਹੀ ਕਰਕੇ ਉਹਨੂੰ ਯੂਜ਼ ਨਾ ਕਰੀ ਉਹਨੂੰ ਯੂਜ਼ ਨਾ ਕਰੀ ਸਹੀ ਗੱਲ ਸੋ ਬਾਕੀ ਜੋ ਚੱਲ ਰਿਹਾ ਉਹਨੂੰ ਆਪਾਂ ਰੋਕਤਾ ਨਹੀਂ ਸਕਦੇ ਪਰ ਤਾਂ ਕਿ ਨਿੱਕੀਆਂ-ਨਿੱਕੀਆਂ ਗੱਲਾਂ ਹੁੰਦੀਆਂ ਜੋ ਇਸ ਤਰ੍ਹਾਂ ਆਪਾਂ ਵਿਚਾਰ ਕਰ ਸਕਦੇ ਹਾਂ ਤੇ ਲਵੀ ਜੀ ਵਾਟਸ ਯੋਰ ਟੇਕ ਔਨ ਲੌਂਗ ਡਿਸਟੈਂਸ ਹਾਂਜੀ ਇਸ ਚ ਮੈਂ ਗੱਲ ਕਰਨੀ ਚਾਹੂੰਗਾ ਕਿ ਲੌਂਗ ਡਿਸਟੈਂਸ ਨਾਲ ਇਦਾਂ ਹੋ ਗਿਆ ਕਿ ਬਹੁਤ ਘੱਟ ਨੇ ਕਿਉਂਕਿ ਸਿੰਗਲ ਰਹਿ ਹੋ ਗਏ ਨੇ ਕਰਕੇ ਲੌਂਗ ਡਿਸਟੈਂਸ ਕਰਕੇ ਮਿੰਗਲ ਤਾਂ ਬਹੁਤ ਨੇ ਹਨਾ ਬਟ ਇਹਦਾ ਮਸਲਾ ਸਿਰਫ ਇਹੀ ਬਣਦਾ ਕਿ ਲੌਂਗ ਡਿਸਟੈਂਸ ਕਰਕੇ ਲਗ ਸਾਰਾ ਤਰੀ ਮੈਂ ਕਹੂੰਗਾ ਗੱਲ ਨਾਲ ਲਿਕ ਮੋਸਟ ਆਫ ਦਾ ਕੇਸ ਇਜ਼ ਲੌਂਗ ਡਿਸਟੈਂਸ ਕਰਕੇ ਟਾਈਮ ਪਾਸ ਵਾਲਾ ਜਿਹੜਾ ਟ੍ਰੈਂਡ ਆ ਉਹ ਵੀ ਜ਼ਿਆਦਾ ਵੱਧ ਚੁੱਕਿਆ ਹਨਾ ਲਾਈਕ ਕੋਈ ਕਿਸੇ ਨਾਲ ਕੋਈ ਨਾ ਚ ਮੈਨਾਂ ਕੋਈ ਚੈਟਿੰਗ ਕਰ ਰਿਹਾ ਨਾ ਬੰਦਾ ਉਹਨੇ ਚ ਖੁਸ਼ ਹੈ ਕਿ ਮੈਨਾਂ ਨਾਲ ਮਨ ਲੱਗਿਆ ਹੋਇਆ ਕਿਤੇ ਮਨ ਨਾਲ ਚੈਟਿੰਗ ਹੋ ਰਹੀ ਹੈ ਇਦਾਂ ਦਾ ਇਦਾਂ ਹੂੰ ਸੋ ਲੌਂਗ ਡਿਸਟੈਂਸ ਕਰਕੇ ਜਦੋਂ ਪਹਿਲਾਂ ਮੈਂ ਸਾਰਿਆਂ ਨੂੰ ਸਨ ਨਹੀਂ ਕਹਿ ਰਿਹਾ ਬਟ ਮੋਸਟ ਆਫ ਅ ਕਿਸੇ ਟਾਈਮ ਪਾਸ ਵਾਲਾ ਟ੍ਰੈਂਡ ਮੜਾ ਇਹ ਵੱਧ ਚੁੱਕਿਆ ਹੈ ਹਨਾ ਜਿੱਥੇ ਆਪਾਂ ਗੱਲ ਕਰਕੇ ਯਾ ਜਿੱਥੇ ਟਾਈਮ ਪਾਸ ਨਹੀਂ ਹੈਗਾ ਜਿੱਥੇ ਸਹੀ ਲੌਂਗ ਡਿਸਟੈਂਸ ਚ ਹੈਗੇ ਜੋ ਨਭਾਉਂਦੇ ਨਹੀਂ ਹਨਾ ਜੋ ਐਟ ਦ ਐਂਡ ਦੇ ਮੇਕ ਇਟ ਜੋ ਮਿਲ ਵੀ ਲੈਂਦੇ ਨੇ ਸੋ ਦੈਟਸ ਗੁੱਡ ਫॉर देम ਹਨਾ ਸੇ ਬਟ ਹੁਣ ਸੋਸ਼ਲ ਡੇਟਿੰਗ ਐਪਸ ਕਿੰਨੀਆਂ ਨੇ ਜਿਦਾ ਟਿੰਡਰ ਬੰਬਲ ਵਗੈਰਾ ਸੋ ਇਹਨਾਂ ਨੇ ਹੀ ਲੌਂਗ ਡਿਸਟੈਂਸ ਨੂੰ ਜਨਮ ਵੱਧ ਦੇਤਾ ਮੈਂ ਇਹ ਕਹੂੰਗਾ ਕਿ ਆਪ ਕੋ ਪਤਾ ਨਹੀਂ ਕਿਹੜੀ ਕੰਟਰੀ ਚ ਆਪ ਨੂੰ ਕਿ ਮਿਲ ਜਾਂਦਾ ਹਨਾ ਹਾਂਜੀ ਇਹਦਾ ਇੱਕ ਫਾਇਦਾ ਮੈਂ ਇਹ ਕਹੂੰਗਾ ਕਿ ਜੋ ਨਭਾ ਲੈਂਦੇ ਨੇ ਐਟ ધ ਐਂਡ ਜੇ ਕਰਾਸ ਕਲਚਰ ਹੋਏ ਕਰਾਸ ਕਲਚਰ ਕਪਲ ਬਣ ਜਾਂਦੇ ਨੇ ਆਈ ਥਿੰਕ ਸੋ ਦੈਟਸ ਕੁਡ ਨਾਟ ਲਾਈਕ ਡਾਈਵਰਸਿਟੀ ਆਉਂਦੀ ਆ ਉਹਦਾ ਫਾਇਦਾ ਵੀ ਹੈ ਕਿ ਕਲਚਰ ਬਾਰੇ ਜਿਆਦਾ ਪਤਾ ਲੱਗਦਾ ਹਨਾ ਆਪਾਂ ਉੱਥੇ ਹੀ ਨਹੀਂ ਰਹਿੰਦੇ ਸੋ ਉੱਪਰ ਬਰੌਡ ਹੋ ਜਾਂਦਾ ਕੰਮ ਬਰੌਡ ਹੋ ਜਾਂਦਾ ਹੈ ਕੰਮ ਤੁਸੀਂ ਕ੍ਰਾਸ ਕਲਚਰ ਦੀ ਗੱਲ ਕੀਤੀ ਆ ਇਟਸ ਵੈਰੀ ਡਿਫਿਕਲਟ ਦੋ ਵੱਖਰੇ ਵੱਖਰੇ ਕਲਚਰਸ ਨੂੰ ਬਿਕੋਜ਼ ਜਦ ਤੁਸੀਂ ਐਜ਼ ਅ ਟਾਈਮ ਦੇ ਵਿੱਚ ਵਿਆਹ ਕਰਾਉਂਦੇ ਹੋ ਯੂ ਆ ਪ੍ਰੋਬਬਲੀ 30 28 30 ਦੇ ਆਲੇ ਦੁਆਲੇ 35 ਤੇ ਉਸ ਟਾਈਮ ਤੇ ਤੁਹਾਡੀ ਸੋਚ ਬਣ ਜਾਂਦੀ ਹੈ ਇੱਕ ਤੁਹਾਡੇ ਧਰਮ ਬਾਰੇ ਤੁਹਾਡੇ ਕਲਚਰ ਬਾਰੇ ਟ੍ਰੈਡੀਸ਼ਨਸ ਬਾਰੇ ਤੇ ਦੂਜੇ ਟ੍ਰੈਡੀਸ਼ਨ ਕਲਚਰ ਨੂੰ ਆਪਣੀ ਲਾਈਫ ਦੇ ਵਿੱਚ ਲਾਣਾ ਉਸ ਟਾਈਮ ਤੇ ਤੁਹਾਨੂੰ ਲੱਗਦਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਅਮ ਮੁਸ਼ਕਿਲ ਆਪਾਂ ਕਹਿ ਸਕਦੇ ਆਂ ਬਟ ਇਦਾਂ ਨਹੀਂ ਕਵਾਂਗੇ ਕਿ ਇੰਪੋਸੀਬਲ ਮੁਸ਼ਕਿਲ ਹੋ ਜਾਂਦਾ ਬਟ ਇੰਟਰਸਟਿੰਗ ਵੀ ਆ ਉਹਣਾ ਇੰਟਰਸਟਿੰਗ ਵੀਰ ਦੂਜੇ ਵਾਰੀ ਜਾਣਨ ਨੂੰ ਮੌਕਾ ਮਿਲ ਜਾਂਦਾ ਇੱਕ ਤਰ੍ਹਾਂ ਦਾ ਨਾ ਹੁਣ ਕਈ ਆ ਕਿ ਲੋ ਕਿਸ ਚੀਜ਼ ਕਟੜ ਦਾ ਸ਼ੋਅ ਕਰਦੇ ਨੇ ਹਨਾ ਬਾਕੀ ਆ ਫॉर देम ਇਟਸ ਸੋ ਹਾਰਡ ਬਟ ਕਈ ਲੱਗ ਮੀ ਮੈਂ ਫਲੈਕਸੀਬਲ ਚ ਟਾਈਪ ਦਾ ਬੰਦਾ ਹਨਾ ਮੈਨੂੰ ਕਟੜ ਨਹੀਂ ਹੈ ਕਿਸੇ ਪਾਰਟਿਕੂਲਰ ਚੀਜ਼ ਨੂੰ ਲੈ ਕੇ ਹਾਂਜੀ ਸੋ ਲਾਈਕ ਜੇ ਮੈਂ ਆਪਦੀ ਗੱਲ ਕਰਾਂ ਤਾਂ ਜੇ ਕਰਾਸ ਕਲਚਰ ਫਿਊਚਰ ਜਾਂ ਕਿ ਮੇਰੇ ਨਾਲ ਕੁਛ ਇਦਾਂ ਦਾ ਹੁੰਦਾਗਾ ਤਾਂ ਲਾਈਕ ਆਮ ਰੈਡੀ ਫॉर दैट ਯੂ ਆਪਨ ਫॉर ਆ ਮਨਜੋਤ ਜੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਾਟਸ ਯੂਰ ਟੇਕ ਔਨ ਥੈਟ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਲਈ ਬਿਲਕੁਲ ਮੈਂ ਹੀ ਕਹੂੰਗੀ ਜਿੱਦਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਚੀਜ਼ਾਂ ਬਹੁਤ ਈਜ਼ੀ ਹੋ ਗਈਆਂ ਫੇਸ ਟਾਈਮ ਹੈਗਾ WhatsApp ਹੈਗਾ ਆਪਣੇ ਕੋਲ ਵੀਡੀਓ ਚੈਟਸ ਦੇ ਬਹੁਤ ਸਾਰੇ ਆਪਸ਼ਨਸ ਹੈਗੇ ਆ ਇਟ ਇਜ਼ ਈਜ਼ੀ ਫਾਰ ਬੋਥ ਪਾਰਟਨਰਸ ਟੂ ਕਮਿਊਨੀਕੇਟ ਵਿਦ ਈਚ ਅਦਰ ਬਟ ਉਹੀ ਹੈ ਕਿ ਸੋਸ਼ਲ ਮੀਡੀਆ ਦੇ ਹੁੰਦੇ ਹੁੰਦੇ ਚੀਜ਼ਾਂ ਈਜ਼ੀ ਬਹੁਤ ਹੋ ਗਈਆਂ ਟਾਈਮ ਪਾਸ ਕਰਨ ਲਈ ਹੋਰ ਜ਼ਿਆਦਾ ਰਾਹ ਖੁੱਲ ਗਿਆ ਹਰ ਇੱਕ ਚੀਜ਼ ਦਾ ਜਿੱਥੇ ਫਾਇਦਾ ਉੱਥੇ ਨੁਕਸਾਨ ਵੀ ਆ ਇਟ ਇਜ਼ ਜਸਟ ਕਿ ਆਪਾਂ ਉਸ ਚੀਜ਼ ਨੂੰ ਕਿਵੇਂ ਯੂਜ਼ ਕਰ ਰਹੇ ਹਾਂ ਕਿੱਦਾਂ ਲੈ ਰਹੇ ਹਾਂ ਉਹਨੂੰ ਸਹੀ ਯੂਜ਼ ਕਰ ਰਹੇ ਹਾਂ ਸਹੀ ਢੰਗ ਉਹਦਾ ਅਪਣਾ ਰਹੇ ਹਾਂ ਕਿ ਨਹੀਂ ਅਪਣਾ ਰਹੇ ਸੋ ਮੇਰੇ ਅਕੋਰਡਿੰਗ ਅੱਜ ਦੀ ਤਰੀਕ ਦੇ ਵਿੱਚ ਤਾਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪਸ ਬਹੁਤ ਘਟਿਆ ਕਿਉਂਕਿ ਉਹ ਹੀ ਐਂਡ ਤੇ ਆ ਕੇ ਮੈਨੂੰ ਇਦਾਂ ਲੱਗਦਾ ਕਿ ਸਬਰ ਫੇਰ ਆ ਜਾਂਦਾ ਐਂਡ ਤੇ ਸਬਰ ਹੈ ਨਹੀਂਗਾ ਸਾਨੂੰ ਚਾਹੀਦਾ ਹੈ ਕਿ ਰਾਤੋਂ ਰਾਤ ਅਸੀਂ ਛੇਤੀ ਦਿਨ ਕਨੈਕਟ ਹੋ ਜਾਈਏ ਕਿਸੇ ਨਾ ਅੱਛੀ-ਅੱਛੀ ਚੀਜ਼ਾਂ ਹੋ ਜਾਣ ਨੋ ਜੇ ਜੇ ਤੁਸੀਂ ਪਿਆਰ ਲੱਭਣਾ ਹੈ ਪਿਆਰ ਕਰਨਾ ਹੈ ਨਾ ਰਾਤੋ ਰਾਤ ਕੁਝ ਨਹੀਂ ਹੋ ਸਕਦਾ ਸੋ ਇਟ ਇਜ਼ ਹਾਰਟ ਬਿਲਕੁਲ ਇੱਕ ਦੂਜੇ ਨਾਲ ਸਬਰ ਤਾਂ ਚਾਹੀਦਾ ਹੀ ਹੈ ਪਰ ਆਪਣੇ ਨਾਲ ਵੀ ਸਬਰ ਚਾਹੀਦਾ ਹੈ ਕਿ ਹੌਲੀ ਹੌਲੀ ਚੀਜ਼ਾਂ ਹੋਣਗੀਆਂ ਬਿਲਕੁਲ ਬਿਲਕੁਲ ਤੇ ਸਾਡੀ ਫੋਨ ਲਾਈਨਸ ਖੋਲੀਆਂ ਨੇ ਜੀ 6042040600 ਤੇ ਤੁਸੀਂ ਇਸ ਨੰਬਰ ਤੇ ਟੈਕਸਟ ਵੀ ਕਰ ਸਕਦੇ ਹੋ ਤੇ ਸਾਡੇ ਇੱਕ लिसनर ਨੇ ਟੈਕਸ ਕੀਤਾ ਜੀ ਇਹਨਾਂ ਨੇ ਲਵੀ ਤੁਹਾਡੇ ਲਈ ਟੈਕਸ ਕੀਤਾ ਇਹਨਾਂ ਨੇ ਕਿਹਾ ਕਿ ਆਈ ਜਸਟ ਲਿਸਨ ਟੂ ਕਾਕਾ Song ਟੂਡੇ ਆਮ ਸਰਪ੍ਰਾਈਜ਼ਡ ਥੈਟ ਹਿਸ ਲਿਰਿਕਸ ਆਰ ਸੋ ਰੀਅਲਿਸਟਿਕ ਐਂਡ ਸਿੰਪਲ ਕੰਪੇਅਰ ਟੂ ਅਦਰ ਸਿੰਗਰਸ ਵੇ ਟੂ ਮੱਚ ਡਰਾਮਾ ਐਂਡ ਵੈਲਦੀ ਟਾਕ ਇਨ ਆਲਮੋਸਟ ਏਵਰੀ Song ਤੇ ਤੁਹਾਡੇ ਸੌਂਗਸ ਇਹੋ ਜੇ ਨਹੀਂ ਹੈ ਤੁਹਾਡੇ ਸੌਂਗਸ ਜੋ ਤੁਸੀਂ ਸਾਡੇ ਲਈ ਗਾਏ ਨੇ ਅੱਜ ਜ਼ਿਆਦਾ ਪਿਆਰ ਮੁਹੱਬਤ ਵਾਰੇ ਨੇ ਦਾਦਾ ਡੁੰਗਾਈ ਹੈਗੇ ਇਹਨਾਂ ਗਾਣਿਆਂ ਦੇ ਵਿੱਚ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੇ ਜਦ ਤੁਸੀਂ ਇੰਨਾ ਡੀਪ ਲਿਖਦੇ ਹੋ ਜਦ ਤੁਸੀਂ ਇਹ ਸਵੈਟਰ ਦਾ ਦੱਸਿਆ ਸੀ ਸਾਨੂੰ मीनिंग ਕੀ ਇਹਦਾ ਅਸਲੀ मीनिंग ਕੀ ਆ ਤੇ ਇਹ ਥੌਟਸ ਕਿੱਦਾਂ ਆਉਂਦੇ ਨੇ ਤੁਸੀਂ ਆਲੇ ਦੁਆਲੇ ਵੇਖਦੇ ਹੋ ਸਿਚੁਏਸ਼ਨ ਕੀ ਆ ਜਾਂ ਤੁਸੀਂ ਆਪਣੀ ਲਾਈਫ ਦੇ ਉੱਤੇ ਲਿਖਦੇ ਹੋ ਆਪਣੇ ਦੋਸਤਾਂ ਦੀ ਲਾਈਫ ਦੇ ਉੱਤੇ ਲਿਖਦੇ ਹੋ ਅਮ ਸੋ ਇਹਦਾ ਉੱਤਰ ਦੀ ਗੱਲ ਕਰਾਂ ਮੈਂ ਕੁਝ ਕੁ ਚੀਜ਼ਾਂ ਪਰਸਨਲ ਚ ਹੋਈਆਂ ਹਨ ਕੁਝ ਕੁ ਆਬਜ਼ਰਵੇਸ਼ਨ ਆਈਥੋਂ ਆਬਜ਼ਰਵੇਸ਼ਨ ਇੱਕ ਮੇਨ ਚੀਜ਼ ਆ ਹਨ ਆਮਤ ਤੇ ਆਬਜ਼ਰਵੇਸ਼ਨ ਦਾ ਬਹੁਤ ਗੂੜਾ ਰਿਸ਼ਤਾ ਹੈ ਹੂੰ ਸੋ অবজারਵੇਸ਼ਨ ਆਪਾਂ ਕੋ ਉਸ ਚੀਜ਼ਾਂ ਲੈਟਸ ਆਪਾਂ ਸਕਰੋਲ ਕਰ ਰਹੇ ਹਾਂ ਇੰਸਟਾਗ੍ਰਾਮ 'ਇੱਕ ਕੁਝ ਵੀ ਕੋਈ ਫੋਟੋ ਹੀ ਉਦਾਂ ਦੀ ਆ ਜਾਂਦੀ ਆ ਹੂੰ ਉਹਦੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਨਾ ਇੱਕ ਤੋਂ ਵੱਧ ਮਤਲਬ ਨਿਕਲਦੇ ਨੇ ਬਿਲਕੁਲ ਉਹ ਬੰਦਾ ਆਪਦੀ ਸੈਂਸ ਦੇ ਹਿਸਾਬ ਨਾਲ ਆਪਦੀ ਸੋਚ ਨੂੰ ਪਕੜ ਲੈਂਦਾਗਾ ਹੂੰ ਸੋ ਸੇਮ ਥਿੰਗ ਮੇਨ ਉੱਤਰ ਇਹੀ ਹੈ ਕਿ অবজারਵੇਸ਼ਨ ਮੇਨ ਚੀਜ਼ ਆ অবজারਵੇਸ਼ਨ ਆਬਜ਼ਰਵ ਕਰਦੇ ਆਪਾਂ ਕੁਝ ਚੀਜ਼ਾਂ ਹੂੰ ਜਿੰਨੀ ਕੁ ਨੋਲਿਜ ਆਪ ਨੂੰ ਆਲਰੇਡੀ ਹੈਗੀ ਆ ਨਾ ਜੇ ਜੋ ਆਪਾਂ ਚ ਇਹ ਰਾਈਟ ਹੁਣ ਦੇਖੀ ਉਹ ਚੀਜ਼ਾਂ ਜਦੋਂ ਹਿੱਟ ਕਰਦੀਆਂ ਕੁਝ ਮੈਚ ਹੋ ਜੇ ਹੂੰ ਉਹ ਹੁੰਦਾਗਾ ਜਿਉ ਹਿਟਰ ਨਹੀਂ ਵੀ ਕਰਦੀ ਆਪਣੀ ਨੌਲੇਜ ਨਾਲ ਜੋ ਆਪਾਂ ਰਾਈਟ ਨਾਉ ਦੇਖ ਰਹੇ ਆ ਫੋਰ ਅ ਕ੍ਰਿਓਸਟੀ ਇਹ ਹੈ ਤੇ ਕੀ ਹੈ ਕ੍ਰਿਓਸਟੀ ਚ ਇਕ ਨਵੀਂ ਚੀਜ਼ ਨੂੰ ਜਨਮ ਮਿਲਦਾ ਹੈ ਇੱਕ ਵਾਈਲ ਲਾਈਕ ਅ ਰਾਈਟਿੰਗ ਮੈਨੂੰ ਆਪ ਨੂੰ ਇਦਾਂ ਹੁੰਦਾ ਕਿ ਡਿਫਰੈਂਟ ਡਿਫਰੈਂਟ ਕੀਤਾ ਜਾਵੇ ਜੋ ਵੀ ਆਪ ਲਿਖਦੇ ਆ ਡਿਫਰੈਂਟ ਕੀਤਾ ਜਾਵੇ ਹਨਾ ਜੋ ਚੀਜ਼ ਹੇ ਤੱਕ ਨਹੀਂ ਆਈ ਉਦਾਂ ਦਾ ਕੁਝ ਲਿਖਿਆ ਜਾਵੇ ਦਾ ਜ਼ਿਕਰ ਆ ਜਾਵੇ ਬਿਲਕੁਲ ਤੇ ਕੀ ਕਿਉਰਿਓਸਟੀ ਮੈਨੂੰ ਬੜੀ ਹੁੰਦੀ ਹੈ ਕੁਝ ਅੱਜਕੱਲ ਕੀ ਚੱਲ ਰਿਹਾ ਹੈ ਤੋਂ ਹਟਕੇ ਕੀ ਕੀਤਾ ਜਾਵੇ ਹਾਂ ਸੋ ਯਾ ਸੋ ਇਹੀ ਉਤਰਾਈ ਜਾਂਦਾ ਹਾਂ ਤੇ ਜੇ ਅਸੀਂ ਗੱਲ ਕਰੀਏ ਬੋਲੀਆਂ ਦੀ ਆ ਮਨਜੋਤ ਜੀ ਬਹੁਤ ਟਾਈਮ ਤੋਂ ਬਹੁਤ ਪੁਰਾਨੀਆਂ ਹੈਗੀਆਂ ਨੇ ਅੱਜਕੱਲ ਨਵੀਂ ਵੀ ਆ ਰਹੀਆਂ ਨੇ ਤੇ ਤੁਹਾਡੀ ਕੋਈ ਫੇਵਰਿਟ ਬੋਲੀ ਕੀ ਹੈ ਪੁਰਾਣੀ ਕੋਈ ਜਾਂ ਨਵੀਂ ਕੋਈ ਅ ਨਵੀਂ ਬੋਲੀ ਮੈਂ ਇੱਕ ਸੁਣਾਉਂਗੀ ਜ਼ਰੂਰ ਉਹ ਮੈਨੂੰ ਵਧੀਆ ਲੱਗਦੀ ਹੈ ਜਿੱਦਾਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਨਾ ਹਾਂ ਪਰਿਵਾਰ ਸੇ ਖੱਟਣ ਗਏ ਸੇ ਖਟਕੇ ਲਿਆਂਦੀ ਕੋਟੀ ਮੈਂ ਚੱਲੀਆਂ ਜਮ ਨੂੰ ਮাইয়া ਤੂੰ ਪਕਾਈ ਰੋਟੀ ਖਬਰਦਾਰ ਸਨੈਪ ਚੈਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕਰ ਦੇ ਸਾਫ ਰਸੋਈ ਮੇਰੇ ਆਉਂਦੀ ਨੂੰ ਕਰ ਦੇ ਸਾਫ ਰਸੋਈ ਬੜੀ ਰੀਅਲਿਸਟਿਕ ਬੋਲਦੀ ਆ ਜੀ ਬੜੀ ਰੀਅਲਿਸਟਿਕ ਆ ਗੱਲਬਾਤ ਜਾਰੀ ਰਹੂਗੀ ਜੀ ਮਨਜੋਤ ਜੀ ਦੇ ਨਾਲ ਤੇ ਲਵੀ ਜੀ ਦੇ ਨਾਲ ਲੈਟਸ ਟੇਕ ਅ ਕਮਰਸ਼ੀਅਲ ਬ੍ਰੇਕ ਬਟ ਆ ਇੰਟਰਸਟਿੰਗ ਸ਼ੋ ਆ ਜੀ ਅੱਜ ਦਾ ਤੇ ਸਾਡੇ ਗੈਸਟ ਨੇ ਆ ਕੇ ਸ਼ੋ ਨੂੰ ਹੋਰ ਵੀ ਇੰਟਰਸਟਿੰਗ ਕਰ ਦਿੱਤਾ ਹੈ ਮਨਜੋਤ ਜੀ ਤੇ ਲਵੀ ਜੀ ਗੱਲ ਹੋ ਰਹੀਏ ਅੱਜ ਕੱਲ ਦੇ ਪਿਆਰ ਦੀ ਪੁਰਾਣੇ ਪਿਆਰ ਦੀ ਤੇ ਹੁਣ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰਦੇ ਪਏ ਸੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੀ ਜਦ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹੁੰਦਾ ਜੀ ਮਤਲਬ ਕਿ ਤੁਹਾਡਾ ਪਾਰਟਨਰ ਤੁਹਾਡੇ ਕੋਲ ਨਹੀਂ ਹੈ ਉਹ ਕਿਸੇ ਟਾਈਮ ਲਈ ਤੁਹਾਡੇ ਤੋਂ ਦੂਰ ਹੈਗੇ ਨੇ ਤੇ ਉਹ ਜਿਹੜਾ ਰਿਲੇਸ਼ਨਸ਼ਿਪ ਆ ਉਹ ਲੌਂਗ ਡਿਸਟੈਂਸ ਹੋ ਗਿਆ ਹੈ ਹੁਣ ਫਿਜ਼ੀਕਲੀ ਉਹ ਤੁਹਾਡੇ ਕੋਲ ਨਹੀਂ ਹੈ ਤੇ ਜਦ ਅਸੀਂ ਕੱਲੇ ਹੁੰਦੇ ਆ ਮਨਜੋਤ ਤੇ ਲਾਵੀ ਜਦ ਕੱਲੇ 인 தி ਸੈਂਸ ਕਿ ਸਾਡੇ ਪਾਰਟਨਰ ਸਾਡੇ ਕੋਲ ਨਹੀਂ ਹੁੰਦੇ ਭਾਵੇਂ ਉਹ ਇੰਡੀਆ ਟ੍ਰਿਪ ਲਈ ਗਏ ਹੋਣ ਜਾਂ ਕਿਤੇ ਹੋਰ ਗਏ ਹੋਣ ਤੇ ਉਹ ਜਿਹੜੇ ਵੀਕਸ ਹੁੰਦੇ ਨੇ ਹਫਤੇ ਹੁੰਦੇ ਨੇ ਜਾਂ ਮਹੀਨੇ ਹੁੰਦੇ ਨੇ ਕਾਫੀ ਔਖੇ ਹੋ ਜਾਂਦੇ ਨੇ ਸਪੈਸ਼ਲੀ ਉਹਨਾਂ ਲਈ ਜੋ ਬੜੇ ਸੈਂਸਿਟਿਵ ਲੋਕੀ ਹੁੰਦੇ ਨੇ ਇਮੋਸ਼ਨਲੀ ਬੜੇ ਸੈਂਸਿਟਿਵ ਹੁੰਦੇ ਨੇ ਫੇਰ ਕੀ ਹੁੰਦਾ ਜੇ ਅਸੀਂ ਬਾਹਰ ਜਾਂਦੇ ਆ ਜਾਂ ਅਸੀਂ ਆਪਣੇ ਫਰੈਂਡਸ ਨਾਲ ਗੱਲ ਕਰਦੇ ਆ ਤੇ ਉਹ ਦੱਸਦੇ ਨੇ ਕਿ ਜੀ ਸਾਡੇ ਅਸੀਂ ਤਾਂ ਅੱਜ ਆਪਣੇ ਹਸਬੰਡ ਦੇ ਨਾਲ ਡਿਨਰ ਤੇ ਜਾ ਰਹੇ ਆ ਜਾਂ ਆਪਣੇ ਗਰਲਫ੍ਰੈਂਡ ਬॉयਫ੍ਰੈਂਡ ਦੇ ਨਾਲ ਘੁੰਮਣ ਜਾ ਰਹੇ ਆ ਤੇ ਫਿਰ ਥੋੜੀ ਜੀ ਜੈਲਸੀ ਆ ਜਾਂਦੀ ਹੈ ਹਨਾ ਕਿ ਮੈਂ ਮੈਂ ਕਿਉਂ ਨਹੀਂ ਕਰ ਸਕਦੀ ਅੱਜ ਤਾਂ ਵੈਲੈਂਟਾਈਨ ਡੇ ਆ ਤੇ ਮੇਰਾ ਹਸਬੰਡ ਹੈਗੇ ਨਹੀਂ ਇੱਥੇ ਮੇਰੇ ਕੋਲ ਤੇ ਉਹ ਥੋੜੀ ਜੀ ਭਾਵੇਂ ਤੁਸੀਂ ਪਿਆਰ 'ਚ ਇੱਕਦਮ ਸੈਟੀਸਫਾਈਡ ਹੋ ਹੈਪੀ ਹੋ ਸੰਤੁਸ਼ਟ ਹੋ ਫੇਰ ਵੀ ਉਹ ਥੋੜਾ ਜਿਹਾ ਜੈਲਸੀ ਫੈਕਟਰ ਆ ਜਾਂਦਾ ਹੈ ਲਵੀ uh, ਜੀ what do you have to say about this ਬਿਲਕੁਲ ਸਹੀ ਗੱਲ ਹੈ ਬਸ ਸੈਂਪਾ ਤੁਹਾਡੇ ਨਾਲ ਸੋ ਇਦਾਂ ਹੁੰਦਾ ਜੈਲਸੀ ਫੈਕਟਰ ਆਉਂਦਾ ਹਨਾ ਅਪੇ ਸੋਚਦੇ ਆ ਕਿ ਓਕੇ ਸੋ ਆਮ ਆਮ ਆਲਸੋ ਇਨ ਰਿਲੇਸ਼ਨਸ਼ਿਪ ਬਟ ਵਾਈ ਕੈਨ ਲਾਈਕ ਡੂ ਸੇਮ ਥਿੰਗਸ ਹਨਾ ਜੋ ਬਾਕੀ ਕਪਲ ਕਰ ਰਹੇ ਨੇ ਯੂ نو ਦੇ ਆਰ ਲਾਈਕ ਥੈਂਕਿੰਗ ਈਚ ਅਦਰ ਤੇ ਉਸ ਤੇ ਇੱਕ ਮੈਂ ਕਵਿਤਾ ਲਿਖੀ ਸੀਗੀ ਉਹ ਚੇਤੇ ਆ ਗਈ ਮੈਂ ਤੁਹਾਨੂੰ ਸੁਣਾ ਦਿੰਦਾਗਾ ਉਹਦਾ ਨਾਮ ਹੈਗਾ ਜ਼ਹਿਰ ਜੋੜੇ ਹੂੰ ਯਾ ਓਕੇ ਸੋ ਮੈਂ ਸ਼ੁਰੂ ਕਰਦਾ ਜੀ ਆ ਕਹਿੰਦਾ ਕਿ ਉੰਜ ਦਿਲ ਤੇਰੇ ਨਾਲ ਜੁੜਿਆ ਉੰਜ ਦਿਲ ਤੇਰੇ ਨਾਲ ਜੁੜਿਆ ਪਰ ਨਾ ਨੇੜੇ ਸ਼ਹਿਰ ਲੱਗਦੇ ਉੰਜ ਦਿਲ ਤੇਰੇ ਨਾਲ ਜੁੜਿਆ ਪਰ ਨਾ ਨੇੜੇ ਸ਼ਹਿਰ ਲੱਗਦੇ ਜਦੋਂ ਵੇਖਾਂ ਮੁਹੱਬਤ ਕਰਦੇ ਤਾਂ ਇਹ ਜੁੜੇ ਜ਼ਹਿਰ ਲੱਗਦੇ ਜਦੋਂ ਵੇਖਾਂ ਮੁਹੱਬਤ ਕਰਦੇ ਤਾਂ ਇਹ ਜੁੜੇ ਜ਼ਹਿਰ ਲੱਗਦੇ ਹਮੇ ਜਲਦਾ ਹਾਂ ਮੈਂ ਮੰਨਦਾ ਹਾਂ ਹਾਂ ਮੈਂ ਜਲਦਾ ਹਾਂ ਮੈਂ ਸੜਦਾ ਹਾਂ ਮੈਂ ਅੰਦਰੋਂ ਅੰਦਰੀ ਕੜਦਾ ਹਾਂ ਕੋਈ ਮੇਥੋਂ ਦੁਆਣਾ ਦੀ ਹੋਵੇ ਮੈਂ ਵੱਦ ਅਸੀਸਾਂ ਪੜਦਾ ਹਾਂ ਕਿ ਮੈਥੋਂ ਦਵਾਣਾ ਦੇ ਹੋਵੇ ਮੈਂ ਬਦ ਅਸੀਸਾਂ ਪੜਦਾ ਹਾਂ ਕੋਈ ਆਪਣਾ ਹੈ ਪਰ ਨੇੜੇ ਨਾ ਕੋਈ ਆਪਣਾ ਹੈ ਪਰ ਸਾਵੇਂ ਨਾ ਕੋਈ ਆਪਣਾ ਹੈ ਪਰ ਸਾਵੇਂ ਨਾ ਤੇ ਜੋ ਸਾਵੇਂ ਉਹ ਗੈਰ ਲੱਗਦੇ ਜਦੋਂ ਵੇਖਾਂ ਮੁਹੱਬਤ ਕਰਦੇ ਤਾਂ ਇਹ ਜੋੜੇ ਕਹਿ ਜ਼ਹਿਰ ਲੱਗਦੇ ਕਿ ਖਾਲੀ ਥਾਂ ਵਿੱਚਕਾਰ ਜੋ ਉਂਗਲਾਂ ਦੇ ਖਾਲੀ ਥਾਂ ਵਿੱਚਕਾਰ ਜੋ ਉਂਗਲਾਂ ਦੇ ਇਹ ਤੇਰੀਆਂ ਉਂਗਲਾਂ ਦੇ ਨਾਲ ਭਰ ਹੋਣੀ ਕੋਈ ਹੋਰ ਅਲੜਨਾ ਬਾਜ਼ ਤੇਰੇ ਮਥੋਂ ਦਿਲ ਦੇ ਨੇੜੇ ਕਰ ਹੋਣੀ ਖਾਲੀ ਥਾਂ ਵਿਚਕਾਰ ਜੋ ਉਂਗਲਾਂ ਦੇ ਤੇਰੀਆਂ ਉਂਗਲਾਂ ਦੇ ਨਾਲ ਪਰ ਹੋਣੀ ਕੋਈ ਹੋਰ ਔਰਤ ਨਾ ਬਾਜ ਤੇਰੇ ਮੇਥੋਂ ਦਿਲ ਦੇ ਨੇੜੇ ਕਰ ਹੋਣੀ ਮੇਰੀ ਹੱਕ ਤੇ ਦੁੱਖ ਇਹ ਅੱਜ ਕੱਲ ਨਹੀਂ ਮੈਨੂੰ ਕਰਦੇ ਸਹਿਰ ਲੱਗਦੇ ਜਦੋਂ ਵੇਖਾਂ ਮੁਹੱਬਤ ਕਰਦੇ ਤਾਂ ਇਹ ਜੋੜੇ ਜ਼ਹਿਰ ਲੱਗਦੇ ਹਾਂ ਲਿਖੀ ਮੁਹੱਬਤ ਕਿਸਮਤ ਵਿੱਚ ਹਾਂ ਲਿਖੀ ਮੁਹੱਬਤ ਕਿਸਮਤ ਵਿੱਚ ਪਰ ਇਹ ਕਰਨੀ ਨਾ ਲਿਖੀ ਮੇਰੇ ਇਸ਼ਕ ਦੀ ਬੀੜੀ ਡੁੱਬ ਗਈ ਏ ਕਿਉਂ ਤਰਨੀ ਨਾ ਲਿਖੀ ਕੋਈ ਅਗਲੇ ਪਿਛਲੇ ਖੁਦਾ ਨੇ ਲਿਖ ਤਵਾ ਕੁਈ ਅਗਲੇ ਪਿਛਲੇ ਖੁਦਾ ਨੇ ਲਿਖ ਤਮਾ ਅੱਜ ਕੱਢੇ ਵੈਰ ਲੱਗਦੇ ਜਦੋਂ ਵੇਖਾ ਮੁਹੱਬਤ ਕਰਦੇ ਤਾਂ ਇਹ ਜੋੜੇ ਜ਼ਹਿਰ ਲੱਗਦੇ ਸੋ ਐਂਡ ਵਾਲਾ ਪਰ ਇਦਾਂ ਕੀ ਲੰਗੀਆਂ ਘੜੀਆਂ ਲੰਘੇ ਵੇਲੇ ਆਪਾਂ ਪਹਿਲਾਂ ਹੀ ਸੀ ਦੂਰ ਬਥੇਰੇ ਲੰਗੀਆਂ ਘੜੀਆਂ ਲੰਘੇ ਵੇਲੇ ਪਹਿਲਾਂ ਹੀ ਸੀ ਦੂਰ ਬਥੇਰੇ ਇੱਕ ਬੇਇਨਸਾਫੀ ਕਿਸਮਤ ਕਰ ਗਈ ਤੇ ਦੂਜੀ ਕਰ ਗਏ ਕਰਦੇ ਤੇਰੇ ਇੱਕ ਬੇਇਨਸਾਫੀ ਕਿਸਮਤ ਕਰ ਗਈ ਤੇ ਦੂਜੀ ਕਰ ਗਏ ਕਰਦੇ ਤੇਰੇ ਤੇ ਰ ਲੱਗ ਗਈ ਮਹਿੰਦੀ ਛਗਣਾ ਦੀ ਤੇਣਾ ਪੁੰਝੇ ਪੈਰ ਲੱਗਦੇ ਜਦੋਂ ਵੇਖਾ ਮੁਹੱਬਤ ਕਰਦੇ ਤਾਂ ਇਹ ਜੋੜੇ ਜ਼ਹਿਰ ਲੱਗਦੇ ਮੈਂ ਜਦੋਂ ਵੇਖਾ ਮੁਹੱਬਤ ਕਰਦੇ ਤਾਂ ਇਹ ਜੋੜੇ ਜ਼ਹਿਰ ਲੱਗਦੇ ਸਹੀ ਗੱਲ ਹੈ ਜੀ ਲੱਗਦੇ ਵੀ ਨੇ ਕਦੀ ਕਦੀ ਤੇ ਮਨਜੋਤ ਜੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੀ ਜੇ ਗੱਲ ਹੋਵੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਮੈਂ ਇਹਦੇ ਬਾਰੇ ਇੱਕ ਚੀਜ਼ ਲਿਖੀ ਸੀ ਹਾਂਜੀ ਜਿਵੇਂ ਹੁਣ ਲੌਂਗ ਡਿਸਟੈਂਸ ਤੇ ਜਦੋਂ ਕੋਈ ਆਪਸ਼ਨ ਨਹੀਂ ਬਚਦਾ ਚਲੋ ਅੱਜ ਦੇ ਟਾਈਮ ਤੇ ਤਾਂ ਇਟਸ ਈਜ਼ੀ ਟੂ ਕਮਿਊਨੀਕੇਟ ਹੈ ਨਾ ਮੈਂ ਥੋੜੀ ਜਿਹੀ ਪਹਿਲੇ ਸਮੇਂ ਦੀ ਗੱਲ ਕਰੂੰਗੀ ਜਦੋਂ ਵੀਡੀਓ ਕਾਲਸ ਨਹੀਂ ਸੀ ਹੁੰਦੀਆਂ ਚਿੱਠੀਆਂ ਹਨਾ ਉਹ ਤਾਂ ਜ਼ਿਆਦਾ ਚਲੋ ਪੁਰਾਣਾ ਹੋ ਗਿਆ ਬੜੇ ਟਾਈਮ ਬਾਅਦ ਬੜੇ ਦਿਨੀ ਫੋਨ ਕਰਨਾ ਹਨਾ ਗੱਲਬਾਤ ਹੀ ਹੋ ਪਉਂਦੀ ਸੀਗੀ ਸੋ ਇੱਕ ਕੁੜੀ ਦਾ ਮੈਂ ਪਰਸਪੈਕਟਿਵ ਸੁਣਾਉਂਗੀ ਕੀ ਉਹ ਕਿਵੇਂ ਫੀਲ ਕਰ ਰਹੀ ਆ ਹਨਾ ਗੱਲ ਨਹੀਂ ਹੋ ਰਹੀ ਜਦੋਂ ਬੜੇ ਟਾਈਮ ਬਾਅਦ ਤੇ ਉਹ ਉਹਨੂੰ ਯਾਦ ਕਰ ਰਹੀ ਆ ਤੇ ਉਹਦੇ ਲਈ ਮੈਂ ਕੁਝ ਲਾਈਨਸ ਲਿਖੀਆਂ ਸੀ ਮੈਂ ਉਹ ਸੁਣਾਉਂਗੀ ਜ਼ਰੂਰ ਮੈਂ ਕਿੰਨੀ ਬੇਵਸ ਹਾਂ ਤੇਰੀ ਇੱਕ ਝਲਕ ਲਈ ਤੈਨੂੰ ਤੱਕਦੀ ਰਹਿੰਦੀ ਹਰ ਜਗ੍ਹਾ ਕਦੇ ਹੋਈ ਕੰਧ ਦੀ ਮੋਰੀ ਚੋਂ ਕਦੇ ਚੁੰਨੀ ਚੋਂ ਹੋਏ ਸੁਰਾਖ ਚੋਂ ਕਦੇ ਫੁੱਲਾਂ ਚੋਂ ਕਦੇ ਮਹਿਕਾਂ ਚੋਂ ਕਦੇ ਨੈਣਾਂ ਦੇ ਬੰਦਬਾਰਾਂ ਚੋਂ ਕਦੇ ਰੌਸ਼ਨ ਜਿਹੇ ਸਵੇਰੇ ਚੋਂ ਕਦੇ ਮਸਿਆ ਦੇ ਹਨੇਰੇ ਚੋਂ ਕਦੇ ਚੰਨ ਦੀ ਫੈਲੀ ਚਾਨਣੀ ਚੋਂ ਕਦੇ ਵਗਦੀਆਂ ਸੋਹਣੀਆਂ ਲਹਿਰਾਂ ਚੋਂ ਮੈਂ ਤੇਰੀ ਭਾਲ ਵਿੱਚ ਇੰਜ ਹੀ ਗੁੰਮ ਰਹਾਂਗੀ ਭਾਵੇਂ ਉਮਰਾਂ ਲੰਘ ਜਾਣ ਗਵਾਚੀ ਨੂੰ ਭਾਵੇਂ ਉਮਰਾਂ ਲੰਘ ਜਾਣ ਗਵਾਚੀ ਨੂੰ ਹਮ ਵੈਰੀ ਨਾਈਸ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿਕਰ ਕੀਤਾ ਕਿ ਇਹ ਤੁਸੀਂ ਮੇਬੀ 50 60 ਸਾਲ ਪਹਿਲਾਂ ਜੋ ਲਾਈਫ ਸੀਗੀ ਉਹਦੇ ਬਾਰੇ ਲਿਖਿਆ ਤੁਹਾਨੂੰ ਲੱਗਦਾ ਹੈ ਅੱਜਕੱਲ ਵੀ ਇਹ ਸੱਚਾਈ ਹੈਗੀ ਹੈ ਕਈ ਕਈ ਕੁੜੀਆਂ ਦੀ ਯਾ ਨਹੀਂ ਅੱਜਕਲ ਸਵਾਈਪ ਲੈਫਟ ਸਵਾਈਪ ਰਾਈਟ ਇਹ ਹੀ ਸੱਚ ਹੈ ਜਿਆਦਾ ਤਰਤਾ ਦੇਖੋ 100 ਚੋਂ 80% ਸਵਾਈਪ ਲੈਫਟ ਸਵਾਈਪ ਅਪ ਰਾਈਟ ਵਾਲਾ ਹੀ ਸੀਨ ਚੱਲਦਾ ਆ ਬਹੁਤ ਜ਼ਿਆਦਾ ਕੋਈ ਰੀਅਰ ਹੋਊਗਾ ਕਿ ਜਿਹੜਾ ਇਹ ਸਚਾਈ ਜਿਹਦੀ ਹੋਊਗੀ ਬਹੁਤ ਰੀਅਰ ਹੋਊਗਾ ਬਹੁਤ ਕੁਝ ਬਦਲ ਚੁੱਕਿਆ ਅੱਜ ਦੇ ਟਾਈਮ ਚ ਬਿਲਕੁਲ ਬਿਲਕੁਲ ਜੇ ਤੁਸੀਂ ਕਹਿ ਸਕਦੇ ਹੋ ਕੁੜੀਆਂ ਲਈ ਇੰਡੀਪੈਂਡੈਂਸ ਆਈ ਆ ਬਹੁਤ ਵਧੀਆ ਵਧੀਆ ਚੀਜ਼ ਆ ਫਾਈਨੈਂਸ਼ੀਅਲ ਇੰਡੀਪੈਂਡੈਂਸ ਇਮੋਸ਼ਨਲ ਇੰਡੀਪੈਂਡੈਂਸ ਜਦ ਇਹ ਇੰਡੀਪੈਂਡੈਂਸ ਆਈ ਹੈ ਇਟਸ ਅ ਗ੍ਰੇਟ ਥਿੰਗ ਪਰ ਇਹਦੇ ਨਾਲ-ਨਾਲ ਅਸੀਂ ਇਸ ਇੰਡੀਪੈਂਡੈਂਸ ਨੂੰ ਕਿਦਾਂ ਯੂਜ਼ ਕਰ ਰਹੇ ਆ ਉਹਦੇ ਉਹਦਾ ਇਫੈਕਟ ਸਾਡੇ ਰਿਸ਼ਤੇ ਤੇ ਰਿਸ਼ਤੇ ਤੇ ਪੈਂਦਾ ਪਿਆਰ ਤਾਂ ਉਹੀ ਹੁੰਦਾ ਸੀ ਜੇ ਸਹੀ ਮਾਇਨੇ ਚ ਦੇਖਣਾ ਆ ਤਾਂ ਫਿਰ ਬਿਲਕੁਲ ਉਹੀ ਚੀਜ਼ਾਂ ਆਪਾਂ ਨੂੰ ਸੋਹਣੀਆਂ ਲੱਗਦੀਆਂ ਸੁਨੌਣੀਆਂ ਵੀ ਉਹੀ ਚੰਗੀਆਂ ਲੱਗਦੀਆਂ ਇਸ ਕਰਕੇ ਫਿਰ ਉਹਦੀ ਰੈਫਰੈਂਸ ਹੀ ਦਿੱਤੀ ਜਾਂਦੀ ਹੈ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਜੋ ਸੱਚ ਆ ਤੇ ਸੱਚ ਪਿਆਰ ਆ ਹਨਾ ਜੇ ਅੱਜ ਦੀ ਗੱਲ ਕਰੀ ਜੇ ਆਪਾਂ ਪਿਆਰ ਦੀ ਗੱਲ ਕਰਦੇ ਆਂ ਪਿਆਰ ਦਾ ਕੀ ਸਮਾਂ ਨਹੀਂ ਹੁੰਦਾ ਕਿ ਪਹਿਲਾਂ ਵਾਲਾ ਜਾਂ ਅੱਜ ਵਾਲਾ ਪਿਆਰ ਹੀ ਪਿਆਰ ਹੈ ਨਾ ਉਹੀ ਗੱਲ ਆ ਜੇ ਆਪਾਂ ਸੱਚੇ ਪਿਆਰ ਦੀ ਗੱਲ ਕਰਦੇ ਆਂ ਨੰਬਾਉਣ ਦੀ ਗੱਲ ਕਰਦੇ ਆਂ ਫਿਰ ਤਾਂ ਹੀ ਗੱਲਾਂ ਲਿਖੀਆਂ ਜਾਣੀਆਂ ਹਨਾ ਸੋ ਪਿਆਰ ਦਾ ਸਮਾਂ ਮੈਂ ਕਹੂੰ ਕਿ ਸਮਾਂ ਨਹੀਂ ਹੁੰਦਾ ਕਿ ਪਹਿਲਾਂ ਵਧੀਆ ਸੀ ਅੱਜ ਮਾੜਾ ਸੀਗਾ ਹਨਾ ਜੋ ਜੇ ਸੱਚਾ ਪਿਆਰ ਆ ਉਹ ਤਾਂ ਨੇ ਤਾਂ ਸੇਮ ਹੀ ਰਹਿਣਾਗਾ ਬਸ ਉਹ ਟਾਈਮ ਪਾਸ ਚੀਜ਼ਾਂ ਸਵਾਈਪ ਅਪ ਉਹ ਚੀਜ਼ਾਂ ਸਵਾਈਪ ਲੈਫਟ ਉਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਹਨਾ ਸੋ ਸੱਚੀ ਗੱਲ ਲਿਖਣੀ ਚਾਹੀਦੀ ਆ ਤਾਂ ਪੋ ਲਿਖ ਰਿਹਾ ਤਾਂ ਉਹ ਵੀ ਚੰਗੀ ਗੱਲ ਆ ਕਿ ਲਿਸਨਰ ਨੂੰ ਪਸੰਦ ਆ ਰਹੀ ਆ ਹਨਾ ਸੋ ਦੈਟਸ ਦਾ ਬੈਸਟ ਥਿੰਗ ਕਿ ਉਹਨੂੰ ਅੱਛੀ ਲੱਗ ਰਹੀ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਮ ਅੱਜ ਕੱਲ ਪਿਆਰ ਸੱਚਾ ਪਿਆਰ ਕਰਨ ਲਈ ਜਾਂ ਨਿਭਾਉਣ ਲਈ ਆਈ ਥਿੰਕ ਥੋੜੀ ਜ਼ਿਆਦਾ ਸਟਰੈਂਥ ਚਾਹੀਦੀ ਆ ਬਿਕੋਜ਼ ਤੁਹਾਡੇ ਕੋਲ ਡਿਸਟਰੈਕਸ਼ਨਸ ਇੰਨੀਆਂ ਨੇ ਬਿਲਕੁਲ ਭਾਵੇਂ ਉਹ ਆਨਲਾਈਨ ਡੇਟਿੰਗ ਹੋਵੇ ਭਾਵੇਂ ਤੁਸੀਂ ਬਾਹਰ ਜਿਮ ਜਾਂਦੇ ਹੋ ਜਾਂ ਘੁੰਮਣ ਫਿਰਨ ਜਾਂਦੇ ਹੋ ਕੰਮ ਤੇ ਜਾਂਦੇ ਹੋ ਤੁਸੀਂ ਕੱਲੇ ਹੁੰਦੇ ਹੋ ਤੁਹਾਡਾ ਪਾਰਟਨਰ ਤੁਹਾਡੇ ਨਾਲ ਨਹੀਂ ਹੁੰਦਾ ਤੇ ਉਹ ਡਿਸਟਰੈਕਸ਼ਨਸ ਹੁਣ ਜ਼ਿਆਦਾ ਆ ਗਿਆ ਨੇ ਤੇ ਮੈਂਟਲ ਸਟਰੈਂਥ ਜ਼ਿਆਦਾ ਚਾਹੀਦੀ ਹੈ ਉਸ ਡਿਸਟਰੈਕਸ਼ਨ ਨੂੰ ਕਹਿਣਾ ਕਿ ਨਹੀਂ ਜੀ ਮੇਰੀ ਕਮਿਟਮੈਂਟ ਹੈਗੀ ਆ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਉਹ ਥੋੜਾ ਜਿਹਾ ਘੱਟ ਵੇਖਣ ਨੂੰ ਮਿਲਦਾ ਹੈ ਜਦ ਡਿਸਟਰੈਕਸ਼ਨ ਆਉਂਦੀ ਹੈ ਅੱਜ ਕੱਲ ਇੰਨੀ ਤੁਸੀਂ ਕਹਿ ਲਓ ਕਮਿਟਮੈਂਟ ਨਹੀਂ ਹੈਗੀ ਕਿ ਅਸੀਂ ਉਹ ਯਾਦ ਚੇਤੇ ਕਰੀਏ ਕਿ ਮੇਰੀ ਕਮਿਟਮੈਂਟ ਹੈ ਕਿਤੇ ਹੋਰ ਤੇ ਮੈਂ ਇਹ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਦੀ ਇਹ ਮੈਂ ਬਸ ਜਨਰਲ ਕੁਐਸਚਨ ਪੁੱਛ ਰਹੀ ਆ ਕਿ ਇਹਦੇ ਪਿੱਛੇ ਸੋਚ ਕੀ ਆ ਬਿਕੋਜ਼ ਅਸੀਂ ਕਹਿੰਦੇ ਆ ਜੀ ਕਿ ਅ ਅੱਜਕੱਲ ਧੋਖਾ ਬਹੁਤ ਹੁੰਦਾ ਹੈ ਚੀਟਿੰਗ ਬਹੁਤ ਹੁੰਦੀ ਹੈ ਪਰ ਸਾਡੇ ਤੋਂ ਹੀ ਲੋਕੀ ਕਰਦੇ ਨੇ ਰਾਈਟ ਤੇ ਅਸੀਂ ਜ਼ਰੂਰੀ ਨਹੀਂ ਆ ਕਿ ਉਹਨਾਂ ਦੇ ਦਿਲ 'ਚ ਕੁਝ ਬੁਰਾ ਹੈਗਾ ਜਾਂ ਉਹਨਾਂ ਦੇ ਦਿਲ ਠੀਕ ਨਹੀਂ ਹੈਗੇ ਬੁਰੇ ਹੈਗੇ ਨੇ ਇਟਸ ਨਾਟ ਨੈਸੈਸਰੀ ਮੇਬੀ ਕਦੀ ਕਦੀ ਉਹਨਾਂ ਨੂੰ ਪਤਾ ਹੈ ਕਿ ਅਸੀਂ ਨਿਭਾ ਨਹੀਂ ਸਕਦੇ ਪਰ ਉਹ ਕਮਿਊਨੀਕੇਟ ਨਹੀਂ ਕਰ ਪਾਉਂਦੇ ਹਿਚਕਦੇ ਨੇ ਜਾਂ ਡਰਦੇ ਨੇ ਕਿ ਮੇਰੇ ਪਾਰਟਨਰ ਨੂੰ ਬੁਰਾ ਲੱਗ ਜਾਊਗਾ ਜੇ ਮੈਂ ਕਿਹਾ ਕਿ ਮੇਰੇ ਕੋਲ ਉਹ ਹੁਣ ਨਹੀਂ ਨਿਭਰੀ ਜਾਂ ਇਹ ਮੈਨੂੰ ਪ੍ਰੋਬਲਮ ਹੋ ਰਹੀ ਆ ਰਿਸ਼ਤੇ ਦੇ ਵਿੱਚ ਤੇ ਉਹ ਕਮਿਊਨੀਕੇਸ਼ਨ ਗੈਪ ਦੇ ਕਾਰਨ ਅਸੀਂ ਵੇਖਦੇ ਹਾਂ ਕਿ ਕਾਫੀ ਵਾਰੀ ਅਸੀਂ ਗਲਤ ਕਦਮ ਲੈ ਲੈਂਦੇ ਹਾਂ ਜੋ ਡਿਸਟਰੈਕਸ਼ਨ ਸਾਡੇ ਕੋਲ ਆ ਰਹੀਆਂ ਨੇ ਅਸੀਂ ਉਹਨੂੰ ਵੈਲਕਮ ਕਰਦੇ ਹਾਂ ਉਸ ਹਿਚਕਾਹਟ ਕਰਨ ਤੇ ਲਵੀ ਜੀ ਆਲਸਕ ਯੂ ਦਿਸ ਕੁਐਸਚਨ ਫਰਸਟ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅੱਜਕਲ ਥੋੜਾ ਜਿਆਦਾ ਮੁਸ਼ਕਿਲ ਹੋ ਗਿਆ ਹੈ ਡਿਸਟਰੈਕਸ਼ਨਸ ਕਰਕੇ ਕਮਿਟਮੈਂਟ ਰੱਖਣਾ ਜਾਂ ਜੀਣਾ ਕੋਲ ਉਹ ਵਿਲ ਪਾਵਰ ਹੈਗੀ ਆ ਉਹ ਹੈਗੀ ਆ ਅਮ ਇਸ ਦਾ ਇੱਕ ਲਾਈਨ ਦਾ ਆਨਸਰ ਜੇ ਮੈਂ ਦੇਣਾ ਹੋਵੇ ਮੈਂ ਕਹੂੰਗਾ ਕਿ ਜਿਹੜੇ ਨਵਾਉਣੀਆਂ ਹਨ ਹਣਾ ਹੂੰ ਉਹਨੇ ਨਵਾਹੀ ਲੈਣੀ ਉਹ ਕੋਲ ਲੱਖ ਡਿਸਟਰੈਕਸ਼ਨਸ ਹੋਣਾ ਹਣਾ ਜਿਹੜਾ ਬੰਦਾ ਆਪਣੇ ਵਰਡਸ ਤੇ ਟਿਕਦਾ ਹੈ ਜਿਹੜਾ ਤੋੜ ਚੜਾਉਂਦਾ ਹਣਾ ਹੂੰ ਜੇ ਆਪਾਂ ਜੇ ਆਪਾਂ ਦੂਸਰੀ ਗੱਲ ਕਰਦੇ ਹਾਂ ਤੁਸੀਂ ਕਿਹਾ ਸੀ ਕਿ ਉਹ ਕਹਿ ਨਹੀਂ ਪਾਉਂਦੇ ਕਿ ਉਹਨਾਂ ਤੋਂ ਨਈਂ ਨੈਵਰੀ ਹੈ ਨਾ ਉਹ ਫਿਰ ਕਮਿਊਨੀਕੇਸ਼ਨ ਗੈਪ ਵਧਾ ਦਿੰਦੇ ਨੇ ਇਸ ਗੱਲ ਤੇ ਮੇਂ ਗੋਏ ਬਹੁਤ ਗਲਤ ਆ ਹਨਾ ਜਿਉਂਕਿ ਮਸਲਾ ਹਨਾ ਕਿ ਦੋ ਜਣੇ ਰਿਲੇਸ਼ਨਸ਼ਿਪ ਚੋਂ ਤੁਸੀਂ ਦੋ ਜਣੇ ਹੋ ਤੁਸੀਂ ਆਪਣੇ ਪਾਰਟਨਰ ਨਾਲ ਰਹਿ ਕਰ ਸਕਦੇ ਹੋ ਜੇ ਜੇ ਨਹੀਂ ਵੀ ਨੈਵਰੀ ਹੈ ਨਾ ਜਸ ਸੌਰ ਦਾ ਮਾਉਟ ਮਿਚਲੀ ਬ੍ਰੇਕਅਪ ਹੋ ਵੀ ਹੁੰਦੇ ਔਰ ਗੀਰੀ ਸੁਣੀ ਹੁੰਦੀ ਹਨਾ ਜੇ ਆਪਾਂ ਇੱਕ ਨੂੰ ਕਮਿਊਨੀਕੇਸ਼ਨ ਓਕੇ ਜੇ ਆਪਾਂ ਕਮਿਊਨੀਕੇਸ਼ਨ ਗੈਪ ਦੇਤਾ ਹਨਾ ਆਪਾਂ ਆਪਣੇ ਪਾਰਟਨਰ ਨੇ ਆਪਣਾ ਗੱਲ ਕਰਨੀ ਘਟਾਤੀ ਫਿਰ ਆਪਣੇ ਮਨ ਪੁੱਠਾ ਚੱਲ ਗਿਆ ਹੁੰਦਾ ਹੈ ਇਹ 100 ਚੀਜ਼ਾਂ ਸੋਚਦਾ ਕੀ ਕਾਰਨ ਹੋ ਸਕਦਾ ਕੀ ਕਾਰਨ ਕੀ ਕਾਰਨ ਤੇ ਉਹ ਕਾਰਨ ਉਹ ਉਤਰ ਉਹ ਕੁਐਸਚਨ ਦੇ ਸਵਾਲ ਸੌਰੀ ਉਹ ਸਵਾਲਾਂ ਦੇ ਉੱਤਰ ਆਪਾਂ ਨੂੰ ਆਪਣਾ ਪਾਰਟਨਰ ਹੀ ਦੇ ਸਕਦਾ ਤੇ ਜਦੋਂ ਆਪਣੀ ਗੱਲ ਹੀ ਨਹੀਂ ਹੋ ਰਹੀ ਉਹਦਾ ਦਿਮਾਗ ਬਹੁਤ ਕੁਝ ਸੋਚਦਾ ਕਿ ਕੀ ਕਾਰਨ ਬਣ ਕੇ ਹੋਣਿਆ ਬੇਬੀ ਉਹਨੂੰ ਕੀ ਹੋਰ ਪਸੰਦ ਆ ਗਿਆ ਹੋਣਾ ਅਸੀਂ ਈਜ਼ਿਊਮ ਕਰਨ ਲੱਗ ਪੈਂਦੇ ਹਾਂ ਬੇਸ਼ੱਕ ਇਦਾਂ ਹੋਇਆ ਵੀ ਨਾ ਹੋਵੇ ਬੇਸ਼ੱਕ ਇਦਾਂ ਹੋਇਆ ਵੀ ਨਾ ਹੋਵੇ ਇਸ ਚੋ ਪਿਆਰ ਨਫ਼ਰਤ 'ਚ ਤਬਦੀਲ ਹੋਣ ਲੱਗ ਜਾਂਦਾ ਹੈਗਾ ਸੋ ਇਹ ਗਲਤ ਹੈ ਜੇ ਪਿਆਰ ਸੀਗਾ ਤਾਂ ਉਹ ਟੁੱਟਣ ਤੋਂ ਬਾਅਦ ਵੀ ਇੱਕ ਤਾਂ ਉਹਦਾ ਪੇ ਕਹਿਆ ਸੀ ਕਿ ਸਾਡੇ ਪਿਆਰ 'ਚ ਹੀ ਸਾਡੀ ਬ੍ਰੇਕਅਪ ਹੋਇਆਗਾ ਤੇ ਕਮਿਊਨੀਕੇਸ਼ਨ ਨਾ ਘਟਾਇਆ ਜਾਵੇ ਮੈਂ ਇਹੀ ਕਹੂੰਗਾ ਤੇ ਅੱਜਕੱਲ ਦੇ ਕਪਲਸ ਨੂੰ ਕਹਿੰਨੇ ਕਿ ਨਾ ਘਟਾਓ ਜੇ ਮਿਊਚੁਅਲ ਬ੍ਰੇਕਅਪ ਕਰਨਾ ਜ਼ਰੂਰ ਮਿਊਚੁਅਲ ਬ੍ਰੇਕਅਪ 'ਚ ਜਾਓ ਹਣਾ ਤੇ ਐਟ ਦ ਐਂਡ ਦ ਥਿੰਗ ਇਜ਼ ਕਿ ਟ੍ਰਾਈ ਬੈਸਟ ਟ੍ਰਾਈ ਯਰ ਬੈਸਟ ਟੂ ਪੈਚ ਅਪ ਮਨਜੋਤ ਸੇਮ ਜਿਵੇਂ ਲਵੀ ਜੀ ਨੇ ਕਿਹਾ ਮੈਂ ਬਿਲਕੁਲ ਸਹਿਮਤ ਹਾਂ ਉਹਨਾਂ ਦੀ ਗੱਲ ਦੇ ਨਾਲ ਆਹ ਓਲੇ ਬਹੁਤ ਇੱਕ ਦੂਜੇ ਦੇ ਉੱਤੇ ਹੋ ਗਏ ਆ ਹੁਣ ਨਾ ਓਕੇ ਸਾਨੂੰ ਓਕੇ ਜਿਹੜੀਆਂ ਬਹੁਤ ਚੀਜ਼ਾਂ ਆ ਮੰਨ ਲਓ ਇੰਡੀਪੈਂਡੈਂਟ ਹੋ ਜਾਣਾ ਇੱਕ ਕੁੜੀ ਲਈ ਵੀ ਇੱਕ ਮੁੰਡੇ ਲਈ ਵੀ ਚੀਜ਼ਾਂ ਨੂੰ ਨਾ ਕਨਫਿਊਜ਼ ਬਹੁਤ ਕੀਤਾ ਜਾ ਰਿਹਾ ਇੱਕ ਦੂਜੇ ਚ ਲੈ ਕੇ ਇੰਡੀਪੈਂਡੈਂਟ ਹੋ ਜਾਣਾ ਬਹੁਤ ਸੋਹਣੀ ਗੱਲ ਆ ਚੰਗੀ ਗੱਲ ਆ ਹਰੇਕ ਨੂੰ ਹੋਣਾ ਚਾਹੀਦਾ ਪਰ ਇੰਨੇ ਅਸੀਂ ਇੰਡੀ ਡੈਪੈਂਡੈਂਸੀ ਵਰਡ ਨੂੰ ਉੱਥੇ ਨਾ ਲੈ ਕੇ ਜਾਈਏ ਕਿ ਵੀ ਮੇਰੇ ਤੋਂ ਕੋਈ ਸਵਾਲ ਵੀ ਨਾ ਕਰੇ ਮੇਰੀ ਤਾਂ ਮੈਂ ਆ ਮੈਂ ਆ ਨਾ ਜਿਹੜੀ ਮੈਂ ਤੁਹਾਨੂੰ ਕਦੀ ਕਿਤੇ ਨਹੀਂ ਲੈ ਕੇ ਜਾ ਸਕਦੀ ਇੱਕ ਦੂਜੇ ਚ ਬੀਇੰਗ ਕਪਲਸ ਮੈਂ ਬਹੁਤ ਆ ਗਈ ਆ ਇੱਕ ਇੱਕ ਜਾਣੇ ਨੂੰ ਲੱਗਦਾ ਕਿ ਮੈਂ ਆਪਣੀ ਸਟਰਗਲ ਆਪਣੇ ਹਿਸਾਬ ਨਾਲ ਕਰ ਰਿਆ ਆ ਮੈਨੂੰ ਦੂਜੇ ਦੀ ਸਪੋਰਟ ਨਹੀਂ ਚਾਹੀਦੀ ਦੂਜਾ ਕਹਿ ਰਿਹਾ ਮੈਨੂੰ ਉਹਦੀ ਸਪੋਰਟ ਨਹੀਂ ਚਾਹੀਦੀ ਸਪੋਰਟ ਹੋਣੀ ਜ਼ਰੂਰੀ ਆ ਇੱਕ ਦੂਜੇ ਦੀ ਕਮਿਊਨੀਕੇਸ਼ਨ ਹੋਣੀ ਬਹੁਤ ਜ਼ਰੂਰੀ ਆ ਜਿੰਨਾ ਚਿਰ ਆਪਾਂ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਹੀ ਨਹੀਂ ਕਰ ਪਾ ਰਹੇ ਉੰਨਾ ਚਿਰ ਕੁਝ ਵੀ ਕਾਂ ਸਟੈਪ ਨਹੀਂ ਵਧਾਏ ਜਾ ਸਕਦੇ ਹੈਗੇ ਸੋ ਕਮਿਊਨੀਕੇਸ਼ਨ ਹਮੇਸ਼ਾ ਜ਼ਰੂਰੀ ਜਿਵੇਂ ਲਵੀ ਜੀ ਨੇ ਕਿਹਾ ਕਿ ਪੈਚ ਅਪ ਕਰੋ ਬ੍ਰੇਕ ਅਪ ਸੇ ਬਹੁਤ ਸਾਰੇ ਰੀਜ਼ਨ ਆ ਅਸਿਊਮ ਕਰ ਲੈਣੇ ਆਪਾਂ ਮੰਨ ਲਓ ਕੋਈ ਨਿੱਕੀ ਜੀ ਗੱਲ ਤੇ ਕੁਝ ਹੋ ਗਿਆ ਪਹਿਲੀ ਖਲਤਾ ਉਹੀ ਕਿ ਸਬਰ ਹੈ ਨਹੀਂ ਨਿੱਕੀ ਜੀ ਗੱਲ ਇੱਕ ਦੂਜੇ ਨੇ ਚਾਹੇ ਕੁੜੀ ਨੇ ਮੁੰਡੇ ਨੂੰ ਕਹਿ ਦਿੱਤੀ ਚਾਹੇ ਮੁੰਡੇ ਨੇ ਕੁੜੀ ਨੂੰ ਕਹਿ ਦਿੱਤੀ ਕਹਾਂ ਕੇ ਮੈਂ ਦਿੱਤਾ ਤੋ ਮੈਨੂੰ ਮੈਨੂੰ ਇਦਾਂ ਨਹੀਂ ਕਹਿ ਸਕਦਾ ਨੋ ਥਿਸ ਇਜ਼ ਰੋਂਗ ਫਿਰ ਕੀ ਹੋ ਗਿਆ ਜਦੋਂ ਕੋਈ ਤੁਹਾਡਾ ਆਪਣਾ ਆ ਤਾਂ ਹੀ ਉਹ ਕੁਝ ਕਹਿੰਦਾ ਆ ਕਹਿ ਦਿੰਦਾ ਹੈ ਤਾਂ ਸੁਣ ਲਓ ਤੇ ਜੇ ਤੁਹਾਨੂੰ ਚੋਟ ਆਈ ਹੈ ਤੁਸੀਂ ਦੱਸੋ ਡੈਫੀਨਿਟਲੀ ਬਿਲਕੁਲ ਗੱਲ ਕਰ ਲੈਣ ਨਾਲ ਦੀ ਰੀਜ਼ ਨਹੀਂ ਹੈਗੀ ਬੈਠ ਕੇ ਜਿਹੜੀ ਚੀਜ਼ ਸਲਝਾਈ ਜਾ ਸਕਦੀ ਆ ਪਿਆਰ ਨਾਲ ਉਹਨੂੰ ਚਾਹੇ ਤੁਸੀਂ ਲੱਖ ਲੜ ਲਓ ਝਗੜ ਲਓ ਜੋ ਮਰਜ਼ੀ ਕਰ ਲਓ ਨਾ ਬੈਠ ਕੇ ਜਿਹੜੀ ਰੀਜ਼ ਆ ਗੱਲ ਕਰ ਲੈਣੀ ਉਹਦੇ ਨਾਲ ਦੀ ਕੋਈ ਰੀਜ਼ ਨਹੀਂ ਹੈਗੀ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਹਮ ਬਿਲਕੁਲ ਹਾਂਜੀ ਸੋ ਕਮਿਊਨੀਕੇਸ਼ਨ ਦੇ ਗਲਤ ਮਨ ਨੂੰ ਇੱਕ ਪੋਇਟਰੀ ਯਾਦ ਆ ਗਈ ਆਪਣੀ ਨਾ ਹਾਂਜੀ ਕਮਿਊਨੀਕੇਸ਼ਨ ਗੈਪ ਦੀ ਗੱਲ ਲਿਖੀ ਸੀਗੀ ਐ ਮੈਂ ਤੁਹਾਨੂੰ ਰੂਬਰੂ ਕਰਦਾ ਮੈਂ ਸੋ ਕਹਿੰਦੇ ਕਿ ਗੱਲ ਹੁੰਦੀ ਏ ਗੱਲ ਹੁੰਦੀ ਏ ਪਰ ਗੱਲਾਂ ਵਰਗੀ ਗੱਲ ਨਹੀਂ ਹੁੰਦੀ ਹੁੰਦੀ ਆ ਕਦੇ-ਕਦੇ ਹੁਣ ਪਹਿਲਾ ਵਾਂਗ ਹਰ ਪਲ ਨਹੀਂ ਹੁੰਦੀ ਮੇਰੇ ਲਫ਼ਜ਼ਾਂ ਦੇ ਵਿੱਚ ਜਾਦੂ ਮੋਹ ਮੁਹੱਬਤਾਂ ਦਾ ਦੱਸ ਹੋਰ ਕੀ ਜਗਾ ਤੱਕੇ ਸ਼ਾਇਆ ਨਾਲ ਵੀ ਦਿਲ ਵਿੱਚ ਮਲ ਨਹੀਂ ਹੁੰਦੀ ਕਿ ਕੁਝ ਪਤਾ ਨਹੀਂ ਗੱਲ ਕਿਹੜੀ ਗੱਲਾਂ ਵਿਗੜ ਗਈ ਕੋਈ ਪਤਾ ਨਹੀਂ ਗੱਲ ਕਿਹੜੀ ਗੱਲਾਂ ਵਿਗੜ ਗਈ ਤੈਉ ਗੱਲ ਵਿਗੜੀ ਏ ਗੱਲ ਕਰਕੇ ਵੀ ਹੱਲ ਨਹੀਂ ਹੁੰਦੀ ਜੇ ਤਾਂਗ ਮਿਲਣ ਦੀ ਹੋਵੇ ਨੈਂਕੜੀਆਂ ਤੱਕੀ ਦੀਆਂ ਜੇ ਤਾਂਗ ਮਿਲਣ ਦੀ ਹੋਵੇ ਨੈਂਕੜੀਆਂ ਤੱਕੀ ਦੀਆਂ ਵਿੱਚ ਮੁਹੱਬਤ ਸੱਜਣਾ ਕੋਈ ਅੱਜ ਕੱਲ ਨਹੀਂ ਹੁੰਦੀ ਗੱਲ ਹੁੰਦੀ ਏ ਪਰ ਗੱਲਾਂ ਵਰਗੀ ਗੱਲ ਨਹੀਂ ਹੁੰਦੀ ਲਖਤਮ ਦਾ ਵੈਰੀ ਵਕਤ ਵਕਤ ਕਦੇ ਰਲਿਆ ਨਾ ਲਖਤਮ ਦਾ ਵੈਰੀ ਵਕਤ ਵਕਤ ਕਦੇ ਰਲਿਆ ਨਾ ਤੇ ਵਕਤ ਦੀ ਮਾਰ ਵੀ ਐਸੀ ਸਜਣੋਂ ਚਾਲਣੀ ਹੁੰਦੀ ਗੱਲ ਹੁੰਦੀ ਏ ਪਰ ਗੱਲਾਂ ਵਰਗੀ ਗੱਲ ਨਹੀਂ ਹੁੰਦੀ ਹੁੰਦੀ ਆ ਕਦੇ ਕਦੇ ਹੁਣ ਪਹਿਲਾਂ ਵਾਂਗ ਹਰ ਪੜ ਨਹੀਂ ਹੁੰਦੀ ਦੈਟਸ ਅ ਵੈਰੀ ਸੈਡ ਸਿਚੁਏਸ਼ਨ ਇਹ ਤਾਂ ਬੜੀ ਸੈਡ ਸਿਚੁਏਸ਼ਨ ਆ ਜੀ ਮਮਤਾਜ਼ ਜੀ ਸਾਡੇ ਨਾਲ ਔਨ 에ਅਰ ਹੈਗੇ ਨੇ ਸਤਿ ਸ਼੍ਰੀ ਅਕਾਲ ਮਮਤਾਜ਼ ਜੀ ਨਮਸਤੇ ਆਪਕਾ ਸਵਾਗਤ ਹੈ ਨਮਸਤੇ ਯਾਰ ਦੇਖੋ ਇਹ ਜੋ ਦੋਨੋਂ ਬਹੁਤ ਅੱਛਾ ਆਵਾਜ਼ ਹੈ ਗਾਤੇ ਹੈ सुनाते हैं अभी ये लोग पता नहीं वही लड़का लड़की कुरी ये सब की बातें करते शादी प्यार अभी प्यार तो देखो एक से नहीं करते हैं सबसे प्यार होना चाहिए टेलीपैथी होती है आपको किसी को मिलने की जरूरत नहीं है आपके भीतर होते है ये जैसे रब हमारे भीतर है ऐसी प्यार की बातें करो यार ये शादी लव मैरिज बच्चे ये तो बहुत पुराने हो गए तो कुछ आए, है तो मेरे को चाहिए ये लोग सिंगर से टप्पे बोलते इसी लेवल पे हायर सुबह कॉन्शियस से बोले पर मुमताज जी मुमताज जी जब प्यार मोहब्बत की बात होती है और आप यू नो एक से ज्यादा लोगों से इजहार करते हो प्यार मोहब्बत का तो किसी ना किसी का दिल तो दुखा रहे हो आप तोड़ रहे हो आप वो अच्छी बात नहीं, थोड़ी है। नहीं 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 प्यार ऐसी चीज़ है जो उसी लेवल पे तो उसका कभी दिल नहीं दुखता है क्योंकि देख प्यार तो दुनिया में है यूनिवर्स में है ये हाँ समझने की बात है आज देख चांद है के सूरज है वो सबको देती है सबको रोशनी देते हैं वो ये लोग गाना गावे टपे देवे। तो इंसान थोड़ा जागृत होवे ज्ञान मिले हाँ जी यही प्यार कु मुंडा का ये तो बहुत पुराना हो गया अभी तो चलता भी नहीं है <laughs> उसमें भी इबादत तो होती है ना जैसे हम भगवान के उसमें भी इबादत होती है ना जैसे हम भगवान की बात करते हैं देखो इश्क करना या मोहब्बत इबादत बात प्यार की है जो वो हम इबादत करते हैं वो हम भगवान की करते हैं उसको इंसान के साथ तो हम नहीं कंपेयर कर सकते तो प्यार में वही बात आ जाती है क्योंकि अगर एक लड़की और लड़के में वो सच्ची मोहब्बत होगी तो वो इबादत के इक्वल्स ही होगी हाँ जी मुमताज जी ये ये सही बात है पर एक से क्यों सबसे नहीं ये मेरे को समझ नहीं आती सबसे ममता जी मैं यहाँ पे एक बात ऐड करना चाहूँगी हम सबसे मोहब्बत करते हैं अपनी जिंदगी में अपने मम्मी पापा भाई बहन बड़े हमारी जिंदगी में हम प्यार ही तो करते हैं हम सबके साथ कनेक्टेड होते हैं सो जिस रिश्ते की जिस रिलेशन की जहाँ पर जगह है हम करते हैं उनको प्यार प्यार के रंग रूप अलग अलग होते हैं। so, चलो पता नहीं कैसे मैं <laughs> जी समझा सबसे पहले शुक्रिया हमको सुनने के लिए शुक्रिया। so, या आप बिल्कुल सही कह रहे हैं पे यही करना जैसे मनजोत ने कहा था कि बिल्कुल प्यार सबसे करना चाहिए लेकिन प्यार की भी फॉर्म्स होती है ना जो प्यार हम अपनी वाइफ से करते हैं लाइक like, वो हम अपने दोस्त से नहीं कर सकते सो so, मैं वही हम कहना चाह रहे हैं प्यार की फॉर्म्स होती हैं ना बेटी से हमारा डिफरेंट प्यार है हमारे अबू से डिफरेंट है अम्मी जान से डिफरेंट है सो दैट्स द थिंग सो हम प्यार सबसे करो लेकिन अपनी अपनी फॉर्म की तरह से सो दैट्स वट वी आर सेंगे थैंक यू जी थैंक यू uh, जी वेलकम थैंक यू मुमताज जी कॉल करने के लिए मुमताज जी जब भी कॉल करती हैं कुछ ना कुछ हमें नया बता के जाती हैं सो थैंक यू मुमताज जी आप ऐसे ही ज़रूर कॉल करते, करते रहिए फिलहाल लेते हैं जी छोटा सा ब्रेक ब्रेक के बाद मनजोत जी और लवी जी के साथ और बातचीत करेंगे Glentheight Sports and Therapy Center ਇੱਕ ਅਜਿਹਾ ਨਾਮ ਹੈ ਜਿਸ ਤੇ ਸਰੀ ਵਿੱਚ ਹਰ ਤਰ੍ਹਾਂ ਦੀਆਂ ਫਿਜ਼ੀਓ ਟ੍ਰੀਟਮੈਂਟਸ ਲਈ ਤੁਸੀਂ ਭਰੋਸਾ ਕਰ ਸਕਦੇ ਹੋ ਇਥੇ ਤੁਹਾਡੀ ਸੈਟੀਸਫੈਕਸ਼ਨ ਹੀ ਟਾਪ ਪ੍ਰਾਇੋਰਟੀ ਹੈ ਜਿੱਥੇ ਤੁਹਾਡੀ ਤਕਲੀਫ ਨੂੰ ਮੁੱਖ ਰੱਖ ਕੇ ਕਰਨ ਟ੍ਰੇਨਿੰਗ ਅਤੇ ਟਰਸਟਡ ਟ੍ਰੀਟਮੈਂਟ ਪਲਾਨਸ ਰਾਹੀਂ ਅਲਟਰਾਸਾਉਂਡ ਲੇਜ਼ਰ ਵਰਗੀਆਂ ਟੈਕਨੋਲੋਜੀਜ਼ ਦਾ ਇਸਤੇਮਾਲ ਕਰਕੇ ਇਫੈਕਟਿਵ ਰਿਜ਼ਲਟਸ ਤੱਕ ਪਹੁੰਚਾਇਆ ਜਾਂਦਾ ਹੈ ਫਿਜ਼ੀਓਥੈਰੇਪਿਸਟ ਕਾਇਰੋਪ੍ਰੈਕਟਰਸ ਮ사ਜ ਥੈਰੇਪਿਸਟ ਐਕਟਿਵ ਰੀਹੈਬ ਅਤੇ ਐਕੂਪੰਕਚਰ 10518640 ਫ੍ਰੀਜ਼ਰ ਹਾਈਵੇ ਸਰੀ ਜਾਂ ਵਿਜ਼ਿਟ ਕਰੋ platonheightsphysio.com ਵਰਲਡ ਕਲਾਸ ਟ੍ਰੀਟਮੈਂਟ ਇਕੁਅਲਸ ਵਰਲਡ ਕਲਾਸ ਰਿਜ਼ਲਟਸ ਸਬਜ਼ੀ ਮੰਡੀ ਦੇ ਸਪੈਸ਼ਲ ਵੀਕਲੀ ਡਿਸਕਾਊਂਟਸ ਹੁਣ ਮਿਲਣਗੇ ਬੁੱਧਵਾਰ 22 ਫਰਵਰੀ ਤੱਕ 360 ਗ੍ਰਾਮ ਯਮਕੀਨਸ ਪਾਣੀ ਪੂਰੀ 4 ਡਾਲਰ 99 ਸੈਂਟ ਨੂੰ ਦ ਅਨਬੀਟੇਬਲ ਡੀਲ 10 ਪੌਂਡ ਕਿਲਾ ਗੋਲ ਬਾਸਮਤੀ ਚੌਲ 14 ਡਾਲਰ 99 ਸੈਂਟ ਨੂੰ ਲਾਲ ਮਸਰ ਦੀ ਦਾਲ ਅਤੇ ਚਨਾ ਦਾਲ 99 ਸੈਂਟ ਪਰ ਪਾਉਂਡ 400 ਗ੍ਰਾਮ ਬਿਕਾਨੋ ਡਰਾਈ ਪੇਠਾ 3 ਡਾਲਰ 99 ਸੈਂਟ ਨੂੰ ਲੌਕੀ 99 ਸੈਂਟ ਪਰ ਪਾਉਂਡ ਛਿੱਲੇ ਹੋਏ ਲਸਣ ਦਾ 5 ਪੌਂਡ ਵਾਲਾ ਡੱਬਾ 8 ਡਾਲਰ 99 ਸੈਂਟ ਨੂੰ ਟਮਾਟਰ 99 ਸੈਂਟ ਪਰ ਪਾਉਂਡ ਸਬਜ਼ੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਫੈਮਲੀ ਡੇ 탑 트럭킹 ਨੂੰ BC ਤੋਂ ਕੈਲੀਫੋਰਨੀਆ ਤੋਂ BC ਲਈ ਓਨਰ ਆਪਰੇਟਰਸ ਅਤੇ ਕੰਪਨੀ ਡਰਾਈਵਰਸ ਦੀ ਤੁਰੰਤ ਲੋਡ ਹੈ ਕੰਮ ਬਹੁਤ ਬਿਜ਼ੀ ਹੈ ਸਿੰਗਲ ਅਤੇ ਟੀਮ ਡਰਾਈਵਰ ਲੋਡਸ ਡੈਡੀਕੇਟਿਡ ਲੋਡਸ ਅਤੇ ਗਾਰੰਟੀਡ ਮਾਈਲਸ ਕੰਪਨੀ ਡਰਾਈਵਰਸ ਲਈ ਬ੍ਰੈਂਡ ਨਿਊ ਟਰੱਕਸ ਅਵੇਲੇਬਲ ਹਨ ਅਤੇ ਸਾਰੇ ਮੈਡੀਕਲ ਬੈਨੀਫਿਟਸ ਵੀ ਕਵਰਡ ਹਨ 올 ਡਰਾਈਵ ਵੈਨ ਯਾਰਡ ਟੂ ਯਾਰਡ ਵਰਕ ਵਧੇਰੇ ਜਾਣਕਾਰੀ ਲਈ ਕਾਲ ਸ਼ਰਨ 8604599822 604599822 ਹੈਲੋ ਤੁਸੀਂ ਕਿੱਥੇ ਹੋ ਕੰਮ ਤੇ ਆ ਯਾਰ ਦੱਸ ਮੇਰੀ ਗੱਡੀ ਦਾ ਨਾ 132 ਸਟਰੀਟ ਤੇ 78 ਐਵੇਨਿਊ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ ਕੁਝ ਨਹੀਂ ਸਮਝ ਆ ਰਿਹਾ ਮੈਂ ਕਿੱਥੇ ਲੈ ਕੇ ਜਾਵਾਂ ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਦੇਖ ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ ਠੀਕ ਹੈ ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਹੈ ਨਾ ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬਾਡੀ ਦਾ ਸਾਈਨ ਹੋਣਾ ਆ ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬਾਡੀ ਤੇ ਲੈ ਜਾ ਬਲੈਕ ਐਂਡ ਵਾਈਟ ਆਟੋ ਬਾਡੀ ਆਈਸੀਬੀਸੀ ਅਕ੍ਰੈਡੀਟਿਡ ਅਤੇ ਫੁੱਲ ਸਰਵਿਸ ਆਟੋ ਬਾਡੀ ਸ਼ਾਪ ਹੈ ਪਹੁੰਚੋ 132 ਅਤੇ 78 ਐਵੇਨਿਊ ਸਰੀ ਕਾਲ 6045030988 black and white auto बॉडी मेरी रूर, रूर रूह दिया गल बॉलीवुड का हाल पंजाबी म्यूजिक नाल पेचे ते पंजाबी जगत दी हस्तियां नाल मुलाकात ओनली ऑन ओन, शेरे पंजाब रेडियो ए 600. छे सौ शेरे पंजाब रेडियो ए 600 ते तुसी सुन रहे हो वीकेंड्स विद निशा ਸਾਸ਼ੀਕਲ ਜੀ ਵੈਲਕਮ ਬੈਕ ਟੂ ਵੀਕਐਂਡਸ ਵਿਦ ਮੀਸ਼ਾ ਬੜਾ ਇੰਟਰਸਟਿੰਗ ਟਾਪਿਕ ਹੈ ਜੀ ਤੇ ਸਾਡੇ ਬਹੁਤ ਹੀ ਪਿਆਰੇ ਗੈਸ ਸਟੂਡੀਓ 'ਚ ਹੈਗੇ ਨੇ ਮਨਜੋਤ ਜੀ ਤੇ ਤੇ ਲਵੀ ਜੀ ਤੇ ਅਸੀਂ ਗੱਲ ਕਰ ਰਹੇ ਹਾਂ ਜੀ ਅੱਜ ਪਿਆਰ ਦੇ ਬਾਰੇ ਪਿਆਰ ਦੇ ਵੱਖਰੇ ਵੱਖਰੇ ਰੰਗ ਰੂਪ ਦੇ ਬਾਰੇ 올ਡ ਸਕੂਲ ਪਿਆਰ ਬਾਰੇ ਨਿਊ 에ਜ ਪਿਆਰ ਬਾਰੇ ਲੌਂਗ ਡਿਸਟੈਂਸ ਬਾਰੇ ਵੱਖਰੇ ਵੱਖਰੇ ਟਾਈਪ ਆਫ ਪਿਆਰ ਬਾਰੇ ਤੇ ਅਗਲੀ ਸੈਗਮੈਂਟ ਜਿਹੜਾ ਮੈਂ ਗੱਲ ਕਰਨਾ ਚਾਹੁੰਦੀ ਆ ਤੁਹਾਡੇ ਦੋਵਾਂ ਨਾਲ ਤੇ ਸਾਡੇ ਕਾਲਜ ਵੀ ਜੁਆਇਨ ਇਨ ਕਰ ਸਕਦੇ ਨੇ ਟੈਕਸਟ ਕਰ ਸਕਦੇ ਹੋ ਜੀ ਤੇ ਕਾਲ ਇਨ ਕਰ ਸਕਦੇ ਹੋ 604 204 0600 ਤੇ ਅਸੀਂ ਗੱਲ ਕਰ ਰਹੇ ਆ ਕਿ ਪਿਆਰ ਜਿਹੜਾ ਹੈ ਉਹ ਅਸੀਂ ਆਪਣੇ ਪਾਰਟਨਰ ਨੂੰ ਰੱਬ ਦਾ ਰੂਪ ਮੰਨਦੇ ਆ ਅਸੀਂ ਸੱਚਾ ਪਿਆਰ ਉਹਨੂੰ ਹੀ ਕਹਿੰਦੇ ਆ ਜਦ ਸਾਨੂੰ ਲੱਗਦਾ ਹੈ ਕਿ ਇਹਦੇ ਨਾਲ ਇੱਕ ਟਰਸਟ ਬਿਲਡ ਹੋ ਜਾਂਦਾ ਹੈ ਕਿ ਇਹਨਾਂ ਦੇ ਨਾਲ ਨਿਭੂਗੀ ਹੁਣ ਇਹ ਸਾਨੂੰ ਧੋਖਾ ਨਹੀਂ ਦੇਣਗੇ ਜਾਂ ਸਾਨੂੰ ਛੱਡ ਕੇ ਨਹੀਂ ਜਾਣਗੇ ਕਦੇ-ਕਦੇ ਕੀ ਹੋ ਜਾਂਦਾ ਹੈ ਕਿ ਉਹ ਪਿਆਰ ਇੰਨਾ ਸਟਰੋਂਗ ਹੁੰਦਾ ਹੈ ਇੰਨਾ ਸੱਚਾ ਹੁੰਦਾ ਹੈ ਕਿ ਜਦ ਸਾਨੂੰ ਧੋਖਾ ਮਿਲਦਾ ਹੈ ਇਟਸ ਵੈਰੀ ਡਿਫਿਕਲਟ ਟੂ ਮੂਵ ਔਨ ਅਮ ਯਾ ਸਾਡਾ 파ਟਨਰ ਕਿਸੇ ਵੀ ਕਾਰਨ ਸਾਨੂੰ ਛੱਡ ਕੇ ਚੱਲ ਗਏ ਉਹ ਫਿਰ ਅਸੀਂ ਆਪਣੀ ਸਾਰੀ ਅਗਲੀ ਜ਼ਿੰਦਗੀ ਸਾਨੂੰ ਵਿਖਦੀ ਨਹੀਂ ਹੈ ਕਿ ਕੀ ਹੋਏਗਾ ਸਾਡੀ ਜ਼ਿੰਦਗੀ ਦੇ ਵਿੱਚ ਤੇ ਉਹ ਪੀਰੀਅਡ ਸ਼ਾਰਟ ਪੀਰੀਅਡ ਨਹੀਂ ਹੁੰਦਾ ਉਹ ਸਾਲੋ ਸਾਲ ਲੱਗ ਜਾਂਦੇ ਨੇ ਤੇ ਇਹ ਵੀ ਚੰਗੀ ਗੱਲ ਨਹੀਂ ਹੈ ਕੀ ਸੱਚਾ ਪਿਆਰ ਵਿਸ਼ਵਾਸ ਰੱਖਣਾ ਚੰਗੀ ਗੱਲ ਆ ਪਰ ਆਪਣੇ ਆਪ ਨੂੰ ਸਾਹਮਣਾ ਕਿੱਦਾਂ ਇਹ ਬਹੁਤ ਲੋਕੀ ਪਰੇਸ਼ਾਨ ਹੁੰਦੇ ਨੇ ਆਪਣੇ ਆਪ ਨੂੰ ਸਾਹਮਣੇ ਨਹੀਂ ਸਕਦੇ ਤੇ ਮਨਜੋ ਤੁਹਾਡੇ ਨਾਲ ਗੱਲ ਕਰਦੇ ਆ ਕਿ ਅਸੀਂ ਸੱਚੇ ਪਿਆਰ ਦੀ ਗਲਤੀਆ ਕਰ ਰਹੇ ਆ ਅੱਜਕੱਲ ਸਾਨੂੰ ਵਿਖਦਾ ਘਟ ਆ ਪਰ ਹੈਗਾ ਤੇ ਉਹਨੂੰ ਅਸੀਂ ਵਿਦਾ ਚਟਾ ਕੇ ਦੱਸਦੇ ਆ ਕਿ ਸੱਚਾ ਪਿਆਰ ਇਹੋ ਜਿਹਾ ਹੋਣਾ ਚਾਹੀਦਾ ਪਰ ਜਦ ਉਹਦੇ ਵਿੱਚ ਧੋਖਾ ਮਿਲਦਾ ਤੇ ਆਪਣੇ ਆਪ ਨੂੰ ਸਾਹਮਣਾ ਬਹੁਤ ਮੁਸ਼ਕਲ ਹੁੰਦਾ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਜਦੋਂ ਕਿਸੇ ਨੂੰ ਵੀ ਪਿਆਰ ਚ ਧੋਖਾ ਮਿਲਦਾ ਤੇ ਜਿੱਦਾਂ ਤੁਸੀਂ ਕਿਹਾ ਵੀ ਆਪਣੇ ਆਪ ਨੂੰ ਸਾਂਭਣਾ ਬਹੁਤ ਔਖਾ ਆ ਹਮ ਅਕਸਰ ਹੀ ਆਪਾਂ ਇੱਕ ਬੀਇੰਗ ਅ ਨਾਰਮਲ ਹਿਊਮਨ ਬੀਇੰਗ ਆਪਾਂ ਕਿਸੇ ਵੀ ਰਿਲੇਸ਼ਨ ਨੂੰ ਬੜਾ ਗਰੰਟਡ ਲੈ ਜਾਂਦੇ ਆ ਕਿਉਂਕਿ ਅਸੀਂ ਦੂਜੇ ਬੰਦੇ ਤੋਂ ਬਹੁਤ ਵੱਡੀਆਂ ਐਕਸਪੈਕਟੇਸ਼ਨਸ ਲਾ ਲੈਨੇ ਆ ਆਪਣੀ ਮਨ ਚ ਲਾ ਲੈਨੇ ਆ ਚਾਹੇ ਤੁਹਾਡੀ ਕੋਈ ਗੱਲ ਹੋਵੇ ਵੀ ਨਾ ਉਸ ਲੈਵਲ ਤੱਕ ਦੀ ਪਰ ਅਸੀਂ ਆਪਣੇ ਕੋਲੋਂ ਹੀ ਬੜੀਆਂ ਅਸੰਪਸ਼ਨ ਬੜੀਆਂ ਐਕਸਪੈਕਟੇਸ਼ਨਸ ਲਾ ਲੈਂਦੇ ਆ ਫਿਰ ਜਦੋਂ ਐਕਸਪੈਕਟੇਸ਼ਨਸ ਪੂਰੀਆਂ ਨਹੀਂ ਹੁੰਦੀਆਂ ਤਾਂ ਤੁਸੀਂ ਹਰਟ ਹੁੰਨੇ ਆ ਬਹੁਤ ਬੁਰੀ ਤਰ੍ਹਾਂ ਵੀ ਹਰਟ ਹੋ ਜਾਂਦੇ ਆ ਕਈ ਵਾਰੀ ਦੂਜਾ ਬੰਦਾ ਤੁਹਾਨੂੰ ਕੁਝ ਐਦਾਂ ਦਾ ਕਹਿ ਜਾਂਦਾ ਕਰ ਜਾਂਦਾ ਵੀ ਤੁਸੀਂ ਫਿਰ ਮੋਰਿਓ ਸਾਇਲੈਂਟ ਹੋ ਜਾਂਦੇ ਆ ਚੁੱਪ ਹੋ ਜਾਂਦੇ ਆ ਤੁਹਾਡੇ ਕੋਲ ਕੋਈ ਜਵਾਬ ਵੀ ਨਹੀਂ ਹੁੰਦਾ ਤੇ ਮੋਸਟਲੀ ਲੋਕ ਕੀ ਕਰਦੇ ਆ ਕਿ ਇਸ ਚੀਜ਼ ਨੂੰ ਆਪਾਂ ਉਹਦੇ ਚ ਲੈ ਜਾਂਦੇ ਆ ਕਿ ਅ ਬਿਸ਼ਾਇਦ ਮੈਨੂੰ ਧੋਖਾ ਮਿਲ ਗਿਆ ਇਸ ਬੰਦੇ ਤੋਂ ਇਹਨੇ ਤਾਂ ਮੇਰੇ ਨਾਲ ਨਿਭਾਏ ਨਹੀਂ ਜਿੱਦਾਂ ਦਾ ਮੈਂ ਸੋਚਿਆ ਸੀਗਾ ਹੂੰ ਮੁੜ ਕੇ ਮੂਵ ਔਨ ਹੋਣਾ ਡਿਫਿਕਲਟ ਹੋ ਗਿਆ ਅਸੀਂ ਇੱਕ ਜਾਨੇ ਨੂੰ ਹੀ ਇੰਨਾ ਜ਼ਿਆਦਾ ਆਪਣਾ ਲਾਈਫ ਦਾ ਟਾਈਮ ਦੇ ਦਿੱਤਾ ਸਾਰਾ ਕੁਝ ਉਹਨੂੰ ਦੇ ਦਿੱਤਾ ਤੇ ਬਾਅਦ ਚੋਂ ਸਾਨੂੰ ਐ ਲੱਗਣ ਲੱਗ ਜਾਂਦਾ ਕਿ ਲਾਈਫ 'ਚ ਖਰੇ ਅੱਗੇ ਕੁਝ ਹੈ ਹੀ ਨਹੀਂ ਹੂੰ ਇਹਦਾ ਸਭ ਤੋਂ ਵੱਡਾ ਰੀਜ਼ਨ ਮੈਨੂੰ ਪਰਸਨਲੀ ਇਹ ਲੱਗਦਾ ਆ ਕਿ ਜਦੋਂ ਸਾਨੂੰ ਲੱਗਣ ਲੱਗ ਜਾਂਦਾ ਕਿ ਹੁਣ ਲਾਈਫ 'ਚ ਮੈਂ ਅੱਗੇ ਮੂਵ ਔਨ ਕਿ ਕਿੱਦਾਂ ਹੋਵਾਂ ਹੂੰ ਅਸੀਂ ਆਪਣੇ ਆਪ ਨਾਲ ਪਿਆਰ ਹੀ ਨਹੀਂ ਪਾਉਂਦੇ ਹੂੰ ਸੈਲਫ ਲਵ ਔਰਸੈਲਵਜ਼ ਹੂੰ ਜੇ ਸਾਨੂੰ ਨੰਬਰ 1 ਤੇ ਆਪਣੇ ਆਪ ਨਾਲ ਪਿਆਰ ਕਰਨਾ ਆਉਂਦਾ ਹੋਵੇ ਨਾ ਤਾਂ ਲਾਈਫ ਵਿੱਚ ਅੱਗੇ ਵਧਣਾ ਕੋਈ ਔਖਾ ਕੰਮ ਨਹੀਂ ਹੈਗਾ ਹੂੰ ਜ਼ਰੂਰੀ ਨਹੀਂ ਕਿ ਹਰ ਰਿਲੇਸ਼ਨ ਤੁਹਾਡਾ ਚੱਲੇ ਜ਼ਰੂਰੀ ਨਹੀਂ ਜਿੱਦਾਂ ਦਾ ਪਿਆਰ ਤੁਸੀਂ ਦੂਜੇ ਬੰਦੇ ਨੂੰ ਕੀਤਾ ਉਹ ਵੀ ਕਰੇ ਜਾਂ ਉਹਨੂੰ ਵੀ ਹੋਵੇ ਹੂੰ ਜ਼ਰੂਰੀ ਨਹੀਂ ਹੈਗਾ ਇਹ ਕਈ ਵਾਰੀ ਹੋ ਜਾਂਦਾਈ ਕਈ ਵਾਰੀ ਨਹੀਂ ਹੁੰਦਾ ਕਈ ਵਾਰੀ ਨਬਦੀਆ ਕਈ ਵਾਰੀ ਨਹੀਂ ਨਬਦੀ ਪਰ ਅਸੀਂ ਇੱਕ ਜਗ੍ਹਾ ਤੇ ਸਟਕ ਹੋ ਕੇ ਨਹੀਂ ਰਹਿ ਸਕਦੇ ਹਮ ਫਰਸਟ ਲਵ ਯੋਰਸੈਲਫ ਐਂਡ ਦੈਨ ਮੂਵ ਔਨ ਨਾਈਸਲੀ ਪਿਆਰ ਨਾਲ ਤੇ ਇਹਨੂੰ ਇਹਨੂੰ ਤੁਸੀਂ ਬੜਾ ਚੰਗਾ ਐਕਸਪਲੇਨ ਕੀਤਾ ਤੇ ਜੋ ਆਬਜ਼ਰਵੇਸ਼ਨ ਅਸੀਂ ਕਰਦੇ ਆ ਕਿ ਇਹਨੂੰ ਲੋਕੀ ਦੂਜੇ ਪਾਸੇ ਵੀ ਲੈ ਕੇ ਜਾ ਸਕਦੇ ਨੇ ਜਿੱਦਾਂ ਥੋੜਾ ਬਹੁਤ ਤੁਸੀਂ ਪਹਿਲਾਂ ਕਿਹਾ ਸੀ ਥੋੜੀ ਬਹੁਤ ਗੱਲਬਾਤ ਕਹਿ ਤੀ ਤੂੰ ਮੈਨੂੰ ਇਦਾਂ ਕਿੱਦਾਂ ਕਹਿ ਤਾ ਮੈਂ ਆਪਣੇ ਆਪ ਨੂੰ ਪਿਆਰ ਕਰਦਿਆਂ ਮੇਰੀ ਵੀ ਕੋਈ ਇੱਜ਼ਤ ਆ ਐਂਡ ਯੂ ਮੂਵ ਔਨ ਰਾਈਟ ਤੇ ਉਹ ਗਲਤ ਪਾਸੇ ਲੈ ਗਏ 셀ਫ ਲਵ ਨੂੰ ਸਬਰ ਯੂ نو ਵਟ ਆਈ ਮੀਨ ਕਿ ਤੁਸੀਂ 셀ਫ ਲਵ ਦਾ ਕਨਸੈਪਟ ਜੇ ਸਮਝੋ ਤੇ ਉਹ ਇਹ ਵੀ ਹੈਗਾ ਕਿ ਤੁਸੀਂ ਆਪਣੇ ਪਾਰਟਨਰ ਨੂੰ ਕਿੰਨਾ ਕੁ ਦਿੰਦੇ ਹੋ ਆਪਣਾ ਪਿਆਰ ਬਿਲਕੁਲ ਰਾਈਟ ਸਬਰ ਰੱਖਦੇ ਹੋ ਜਾਂ ਨਹੀਂ ਰੱਖਦੇ ਉਹ ਵੀ ਇਜ਼ ਅ ਪਾਰਟ ਆਫ 셀ਫ ਲਵ ਆਲੇ ਦੁਆਲੇ ਤੁਹਾਡੇ ਕਿਹੋ ਜਿਹੇ ਲੋਕੀ ਨੇ ਕਿਹੋ ਜਿਹੇ ਲਾਈਫ ਪਾਰਟਨਰ ਤੁਸੀਂ ਚੁਣਦੇ ਹੋ ਤੇ ਸਬਰ ਰੱਖਦੇ ਹੋ ਕਿ ਜੇ ਕੁਝ ਉੱਚੀ ਨੀਚ ਵੀ ਹੋ ਜਾਵੇ ਤੁਸੀਂ ਕਿੱਦਾਂ ਉਹਨੂੰ ਲੈਂਦੇ ਹੋ ਹਣਾ ਵਾਟ ਯੂ ਥਿੰਕ ਅਬਾਊਟ ਥੈਟ ਉਹ ਹੀ ਆ ਮੈਂ ਪਹਿਲਾਂ ਵੀ ਜਿਵੇਂ ਕਿਹਾ ਸੀ ਹਰੇਕ ਬੰਦੇ ਦੀ ਆਪਣੀ ਵਿਜਨ ਆ ਆਪਣਾ ਓਪੀਨੀਅਨ ਆ ਆਪਣਾ ਰਿਸਪੈਕਟਿਵ ਆ ਹਰ ਇੱਕ ਚੀਜ਼ ਨੂੰ ਲੈਣ ਦਾ ਹੁਣ ਜਿਵੇਂ ਤੁਸੀਂ ਕਿਹਾ ਕਿ ਜੇ ਦੂਜੇ ਪਾਸੇ ਗੱਲ ਚੱਲੇ ਜਾਵੇ ਹਨਾ ਅਗਲਾ ਬੰਦਾ ਸੋਚ ਲਵੇ ਕਿ ਅੱਛਾ ਇਹਨੂੰ ਮੇਰਾ ਨਹੀਂ ਹੈਗਾ ਹਨਾ ਇਹਨੂੰ ਆਪਣੀ ਪਈ ਆ ਤੇ ਉਹਦੇ ਕਰਕੇ ਲੜਾਈ ਹੋਰ ਵੱਧ ਜਾਂਦੀ ਹੈ ਕਈ ਵਾਰੀ ਉਹ ਉਹਦੇ ਤੇ ਉੱਥੇ ਉਦੋਂ ਆਉਂਦੀ ਤੁਹਾਡੀ ਅੰਡਰਸਟੈਂਡਿੰਗ ਇਹਦਾ ਮਤਲਬ ਜੇ ਤੁਸੀਂ ਦੂਜੇ ਬੰਦੇ ਨੂੰ ਬਾਰੇ ਇਦਾਂ ਸੋਚ ਰਹੇ ਆ ਇਟ ਮੀਨਸ ਤੁਹਾਡੇ ਚ ਅੰਡਰਸਟੈਂਡਿੰਗ ਹੀ ਹੈ ਨਹੀਂ ਹਮ ਜਦੋਂ ਅੰਡਰਸਟੈਂਡਿੰਗ ਨਹੀਂ ਹੈਗੀ ਉਹ ਗੱਲ ਤਾਂ ਉੱਥੇ ਖਤਮ ਹੀ ਹੋ ਗਈ ਇੱਕ ਦੂਜੇ ਨੂੰ ਸਮਝਣਾ ਹੀ ਤਾਂ ਇੱਕ ਬੇਸਿਕ ਸਟੈਪ ਹੁੰਦਾ ਆ ਤੁਹਾਡੀ ਬੌਂਡਿੰਗ ਤੁਹਾਡੀ ਅੰਡਰਸਟੈਂਡਿੰਗ ਉਹਦੇ ਬੇਸਿਸ ਤੇ ਹੀ ਆਪਣਾ ਟਰਸਟ ਤੇ ਰਿਲੇਸ਼ਨ ਬਿਲਡ ਅਪ ਹੁੰਦਾ ਆ ਹਮ ਸੋ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇਹਨੂੰ ਇੱਕ ਐਰੋਗੈਂਟ ਤਰੀਕੇ ਨਾਲ ਜਾਂ ਗੁੱਸੇ ਦੇ ਤਰੀਕੇ ਨਾਲ ਹੀ ਲੈਣਾ ਆ ਕਿ ਅੱਛਾ ਇਹਨੂੰ ਮੇਰਾ ਹੈ ਨਹੀਂ ਓਕੇ ਠੀਕ ਆ ਹਨਾ ਹਮ ਥਿਸ ਇਜ਼ ਜਸਟ ਹਾਊ ਯੂ ਟੇਕ ਇਟ ਹਮ ਬਿਲਕੁਲ ਬਿਲਕੁਲ ਲਵੀ ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦਿਸ ਮੂਵ ਔਨ ਕਰਨਾ ਹਾਂਜੀ ਇਹ ਆਈ ਥਿੰਕ ਸੋ ਜੇ ਆਪਾਂ ਗੱਲ ਪਿਆਰ ਦੀ ਕਰਦੇ ਆਂ ਤੇ 50 50% ਆ ਕਈ ਲੋਕ 50% ਆ ਚੀਜ਼ੋਂ ਨਿਕਲ ਰਹੇ ਨੇ ਗੁਜ਼ਰ ਰਹੇ ਨੇ ਹਨਾ ਇਹਦੇ ਬਾਰੇ ਜਿਆਦਾ ਬੋਲਿਆ ਨਹੀਂ ਜਾਂਦਾ ਹਨਾ ਸੋ ਚੰਗੀ ਗੱਲ ਆਪਾਂ ਟੌਪਿਕ ਚੱਕਿਆ ਹੋਇਆ ਰਾਈਟ ਨਾਉ ਹਨਾ ਸੋ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਤਜ਼ੀਬ ਹਾਫੀ ਜੀ ਦਾ ਉਹਨਾਂ ਦਾ ਇੱਕ ਸ਼ੇਰ ਹੈ ਕਿ ਆਜ ਵੀ ਤੇਰੇ ਵਿਛੜਨੇ ਦਾ ਦੁੱਖ ਦਿਲ ਦਹਿਲਾ ਦਿੰਦਾ ਹੈ ਲੇਕਿਨ ਤੇਰੇ ਜਾਣੇ ਦਾ ਪਹਿਲਾ ਹਫਤਾ ਇੱਕ ਤਰਫ ਸੋ ਉਹ ਗੱਲ ਹੈ ਕਿ ਹਾਂਜੀ ਮੂਵ ਔਨ ਮੂਵ ਔਨ ਵਾਲੀ ਪ੍ਰੋਸੈਸ ਚੋਂ ਗੁਜ਼ਰਨਾ ਦੁੱਖ ਦੁੱਖਦਈ ਆ ਹਾੜਿਆ ਬਟ ਇਦਾਂ ਨਹੀਂ ਕਿ ਰਸਤੇ ਬੰਦ ਹੋ ਜਾਂਦੇ ਨੇ ਹਨਾ ਸੋ ਐਟ ਦਾ ਇਨੀਸ਼ਲ ਪੁਆਇੰਟ ਸੋ ਤਜੀਬਾਫੀ ਦੇ ਕਹਿਣ ਕੋ ਪਹਿਲਾ ਹਫਤਾ ਦੋ ਹਫਤਾ ਤਾਂ ਬਸ ਦੁਨੀਆ ਕਾਲੀ ਲੱਗਦੀ ਆ ਹਨਾ ਕਿਉਂਕਿ ਆਪਾਂ ਕਹਿੰਨੇ ਕਿ ਆਪਣੀ ਬੰਦਾ ਆਦਤ ਬਣ ਜਾਂਦਾ ਹਨਾ ਸੋ ਉਹਦੀ ਉਹਦੀ ਗੱਲਬਾਤ ਨਾ ਹੋਣੀ ਉਹਦੇ ਨਾਲ ਆਪਾਂ ਨੂੰ ਜਦਾਂ ਮੈਸੇਜ ਨਹੀਂ ਆਉਂਦੇ ਹਨਾ ਉਹ ਚੀਜ਼ਾਂ ਸੋ ਆਦਤ ਛੁੱਟਣ ਨੂੰ ਬਹੁਤ ਟਾਈਮ ਲੱਗਦਾ ਹੈ ਹਮ ਠੀਕ ਹੈ ਸੋ ਉਹੀ ਗੱਲ ਆ ਜਾਂਦੀ ਹੈ ਕਿ ਬਟ ਪਾਪ ਆਪਦੇ ਆਪ ਨੂੰ ਇਹ ਚਿਕ ਗੱਗੇ ਕਿ ਦੁਨੀਆ ਇੱਥੇ ਖਤਮ ਨਹੀਂ ਹੋ ਜਾਂਦੀ ਹਨਾ ਇਹ ਡੈਡ ਪੁਆਇੰਟ ਕੋਈ ਗਰਲ ਸਟੈਪ ਚੱਕਣ ਦੀ بجائے ਕਈ ਇੱਥੋਂ ਤੱਕ ਕਿਦਾ ਕੰਫੀਡੈਂਸ ਗਿਰ ਜਾਂਦਾ ਸੂਸਾਈਡਲ ਥਾਟਸ ਲੈ ਲੈਂਦੇ ਨੇ ਹਨਾ ਜਾਂ ਕਿ ਡਰੱਗਸ 'ਚ ਚੱਲ ਜਾਂਦੇ ਨੇ ਹੂੰ ਕਿਉਂਕਿ ਆਪਣੀਆਂ ਮੂਵੀਜ਼ 'ਚ ਵੀ ਜਾਂ ਫਿਲਮਾਂ 'ਚ ਦਿਖਾਇਆ ਜਾਂਦਾ ਨਾ ਕਿ ਕੇ ਲੜਕੀ ਧੋਖਾ ਖੱਦ ਗਈ ਆ ਗੋਪੀ ਤੇ ਲਾਈਕ ਸ਼ਰਾਬ ਪੀਣ ਲੱਗ ਜਾਓ ਜਾਂ ਸਾਈਡ ਥਾਟਸ ਕਰ ਲੋ ਹਨਾ ਇਦਾਂ ਦੀਆਂ ਮੂਵੀ ਦੀਆਂ ਬੜੀਆਂ ਘਾਟਾਂ ਜੋ ਹੌਸਲ ਦੇਣ ਕਿ ਓਕੇ ਹਨਾ ਉਹ ਹੋਇਆ ਸੋਇਆ ਜ਼ਿੰਦਗੀ ਫਿਰ ਕੰਟੀਨਿਊ ਰਹਿੰਦੀ ਆ ਸੋ ਐਟ ਡੈਡ ਪੁਆਇੰ ਤਾਂ ਜੇ ਦੋਸਤਾਂ ਨਾਲ ਗੱਲ ਕਰੋ ਤੇ ਸ਼ੇਮ ਫੀਲ ਨਾ ਕਰੋ ਕਿ ਦੋਸਤ ਜਦਾਂ ਕਹਿੰਦੇ ਨੇ ਕਿ ਓਕੇ ਛੱਡ ਗਏ ਨਾ ਵਟ ਏਵਰ ਸ਼ੇਮ ਫੀਲ ਨਾ ਕਰੋ ਹਨਾ ਕੋਈ ਨਹੀਂ ਜੇ ਜੋ ਸੱਚਾ ਦੋਸਤ ਥੋੜਾ ਤੁਹਾਨੂੰ ਸਮਝੂਗਾ ਐਂਡ ਦਾ ਬੈਸਟ ਥਿੰਗ ਆਪਣੇ ਮਾਪੇ ਹੋਣਾ ਉਹਨਾਂ ਨਾਲ ਗੱਲ ਸਾਂਝੀ ਕਰੋ ਉਹ ਤੁਹਾਡੇ ਲਈ ਹੈਗੇ ਹਨਾ ਐਟ दैट ਟਾਈਮ ਥਿੰਕ ਅਬਾਊਟ ਯੋਰਸੈਲਫ ਸਭ ਕੁਝ ਛੱਡ ਦਿਓ ਐਟ दैट ਟਾਈਮ ਥਿੰਕ ਜਦੋਂ ਤੁਸੀਂ ਆਪ ਦਾ ਆਪ ਨੂੰ ਸਹੀ ਕਿਵੇਂ ਕਰਨਾ ਹਨਾ ਐਂਡ ਕਿਸੇ ਪੁਆਇੰਟ ਤੇ ਆ ਕੇ ਤੁਸੀਂ ਸਹੀ ਹੋ ਜਾਓਗੇ ਹਾਂ ਇੱਕ ਗੱਲ ਹੋਰ ਮੈਂ ਐਡ ਆਨ ਇਥੇ ਕਰਨੀ ਚਾਹੁੰਗਾ ਕਿ ਪਹਿਲੀ ਗੱਲ ਆਪਦਾ ਮੂਡ ਆਪਣਾ ਮਾਨ ਬਣਾਓ ਤੁਸੀਂ ਮੂਵ ਆਨ ਕਰਨਾ ਵੀ ਹੈ ਕਿ ਨਹੀਂ ਹਨਾ 1% ਵੀ ਹੋਪ ਨਾ ਰੱਖੋ ਕਿ ਕਾਸ਼ ਓਕੇ ਮੈਂ ਫੋਨ ਨੰਬਰ ਚੀਜ਼ ਨਹੀਂ ਕਰਦਾ ਸ਼ਾਇਦ ਉਹਦੀ ਕਾਲ ਆ ਜੀ ਹੋਰ ਕੁਝ ਵੀ ਆ ਜਾ ਸੋਸ਼ਲ ਮੀਡੀਆ ਯਾ ਡੈਫੀਨਿਟਲੀ ਸੋ ਜਿਹੜੀਆਂ ਉਹ ਹੋਪ ਹਨ ਆਪਾਂ ਤਾਂ ਸੋਚਦੇ ਆਪੇ ਸੋਚ ਲੈਨੇ ਆ ਕਿ ਚਲੋ ਮੈਂ ਆਪਦੇ ਆਪ ਨੂੰ ਦਾ ਪ੍ਰਪੇਅਰ ਕਰ ਲੈਣਾ ਕਿ ਉਹ ਅੱਗੇ ਤਾਂ ਵੀ ਠੀਕ ਆ ਨਾ ਅੱਗੇ ਤਾਂ ਲਾਈਫ ਇਸ ਗੋਇੰਗ ਆਨ ਬਟ ਉਹ ਹੋਪ ਹਨ ਜਿਹੜੀ ਉਹ ਥੋੜੇ ਅੰਦਰ ਚੱਲ ਰਹੀ ਹੈ ਹਨਾ ਲਾਈਕ ਜਿੱਦਾਂ ਸੈਲਜ਼ ਆਪਣੇ ਬਣਦੇ ਮਰਦੇ ਆ ਨਾ ਉਹ ਹੋਪ ਦਾ ਕੁਝ ਨਹੀਂ ਪਤਾ ਕਦੋਂ ਉਹਨੇ ਤੂੰ ਪਹਿਲਾਂ ਸੈਕਸ ਦੀ ਗੱਲ ਕਰਕੇ ਉਹ ਹੋਪ ਨੇ ਉਹ ਕਹਿੰਦੇ ਆ ਪੂਨੇ ਹਾਵੀ ਹੋ ਜਾਣਾ ਤੁਹਾਡੇ ਤੇ ਬਿਲਕੁਲ ਸੋਰਾ ਕਰ ਦੋ ਬੰਦ ਪੂਰੇ ਤੇ ਯਾ ਸੋ ਗੋ ਹੈਡ ਪਿਆਰ ਦੁਬਾਰੀ ਵਾਰ ਕਰੋ ਹੋ ਜੀ ਜਾਂਦਾ ਇਹਦੀ ਕੀ ਗੱਲ ਨਹੀਂ ਹੈਗੀ ਕਿਸੇ ਨੇ ਜੇ ਤੁਹਾਡੇ ਨਾਲ ਇੱਕ ਬੰਦੇ ਨੇ ਗਲਤ ਕੀਤਾ ਨਾ ਇਹ ਨਾ ਕਹਿ ਦੋ ਕਿ ਕੀ ਦੁਨੀਆ ਤਾਂ ਭਰੋਏ ਨਾ ਕਿ ਭਰੋਸੀ ਉੱਠ ਜੇ ਤੁਹਾਡਾ ਨੋ ਚੰਗੇ ਲੋਕ ਮਿਲਦੇ ਨੇ ਮਾੜੇ ਲੋਕ ਮਿਲਦੇ ਨੇ ਬਿਲਕੁਲ ਹਨਾ ਸੋ ਦੈਟਸ ਆ ਦੈਟਸ ਆ ਲਾਈਫ ਹਨਾ ਚੰਗੇ ਮਾੜੇ ਇਥੋਂ ਹੀ ਪਤਾ ਲੱਗਦਾ ਆਪਾਂ ਬਿਲਕੁਲ ਯਾ ਸਾਡੇ ਨਾਲ ਕਰਨ ਜੀ ਲਾਈਨ ਤੇ ਹੈਗੇ ਨੇ ਸਤਿ ਸ਼੍ਰੀ ਅਕਾਲ ਕਰਨ ਜੀ ਵੈਲਕਮ ਔਨ 에 ਜੀ ਸਤਿ ਸ਼੍ਰੀ ਅਕਾਲ ਮਿਸ ਐਂਡ ਵੈਲਕਮ ਟੂ ਦ ਗੈਸਟ ਹੈਗੇ ਦੋਨੋਂ ਬੋਥ ਆਫ ਬੋਥ ਇੰਟੈਲੀਜੈਂਟ ਹੈਗੇ ਆ ਬੱਚੇ ਸ਼ੁਕਰੀਆ ਜੀ ਬਹੁਤ ਬਹੁਤ ਜਿਆ ਲੱਗੇਗਾ ਤੇ ਮੈਂ ਤਾਂ ਕਿ ਮੈਨੂੰ ਸੌਰੀ ਮੈਂ ਤੁਹਾਨੂੰ ਲੈ ਲਈ ਜੋ ਕਿਤਾਬ ਪ੍ਰੋਗਰਾਮ ਜਦੋਂ ਮੁਮਤਾਜ ਆਏ ਸੀ ਨਾ ਤੁਹਾਡੇ ਪ੍ਰੋਗਰਾਮ ਵਿੱਚ ਹਾਂਜੀ ਆ ਮੁਮਤਾਜ ਉਹ ਨਹੀਂ ਜਿਹੜੀ ਜਾਦ ਵਿੱਚ ਸਾਤ ਤਾਜ ਮਹਿਲ ਬਣਾਇਆ ਸਗਾ ਸ਼ਾਹਜਹਾਨ ਨੇ ਹਾਂਜੀ ਉਹ ਸਾਡੇ ਜਿਹੜੇ ਬੈਂਕ ਕੋ ਪਰੰਦੇ ਆ ਨਾ ਤੇ ਕਰ ਰਹੇ ਹਾਂ ਹਾਂਜੀ ਸਾਡੇ ਮੁਮਤਾਜ ਜੀ ਬੜੇ ਪਿਆਰੇ ਨੇ ਜੀ ਜੀ ਹਾਂਜੀ ਤੇ ਫਿਰ ਮੈਨੂੰ ਹਸਬੇਲੇ ਲੱਗਾ ਕਿ ਇੰਟਰਸਟਿੰਗ ਹੈਗਾ ਇਹ ਕਿ ਕਿ ਮੁਮਤਾਜ ਜੀ ਕਾਲ ਕਰਦੇ ਹੁੰਦੇ ਆ ਜਿਸ ਵੇਲੇ ਬਹੁਤ ਜ਼ਿਆਦਾ ਇੰਟਰਸਟਿੰਗ ਹੋਵੇ ਉਹ ਦੇਖੋ ਮੈਂ ਸੁਣ ਰਿਹਾ ਸੀ ਕਿ ਐਕਚੁਅਲੀ ਮਿਸ ਜੀ ਮੇਰੇ ਕੋਲ ਕੋਸ ਜਿਆਦਾ ਕਹਿਣ ਨੂੰ ਨਹੀਂ ਹੈ ਐਕਚੁਅਲੀ ਮੈਂ ਤਾਂ ਇਸ ਮਾਈਕ ਆਬਜ਼ਰਵੇਸ਼ਨ ਕੇ ਲਾਉ ਜਾਣਾ ਐਂd this is my own ਜਿਹੜੀ ਗੱਲ ਹੈਗੀ ਆ ਕਿ ਪਿਆਰ ਆਪਾਂ ਕਹਿੰਦੇ ਜਿਹਨੂੰ ਕਹਿ ਸਕਦੇ ਆ ਪਾਗਲਪਨ ਨਹੀਂ ਕਿ ਪਰ ਇੱਕ ਇਨਸਾਨ ਦੇ ਉਮਰ ਤੋਂ ਸਾਹਬ ਨਾਲ ਹਰੇਕ ਇਨਸਾਨ ਇਹਦੇ ਵਿੱਚ ਜੰਗਦਾ ਹੈਗਾ ਆ ਪਰ ਮੈਂ ਸਮਝਦਾ ਕਿ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਆ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਆਪਣੀ ਰਿਸਪੌਂਸਿਬਿਲਟੀਜ਼ ਹੈਗੀ ਆ ਤੁਹਾਡੀ ਜਿਹੜੀ ਜ਼ਿੰਮੇਵਾਰੀਆਂ ਹੈਗੀਆਂ ਉਹਨਾਂ ਨੂੰ ਦੇਖੋ ਪਿਆਰ ਦੇ ਨਾਲ-ਨਾਲ ਤੁਹਾਨੂੰ ਬਹੁਤ ਕੁਝ ਜਿਹੜਾ ਹੈਗਾ ਆ ਰਿਸਪਾਂਸਿਬਲ ਵੀ ਹੋਣਾ ਪੈਂਦਾ ਹੈਗਾ ਅੱਜ ਕੱਲ੍ਹ ਇੱਕ ਲੜਕੀ ਆ ਇੱਕ ਲੜਕਾ ਆ ਸੋ ਉਹਨੂੰ ਉਹਦੇ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਨੇ ਤੁਹਾਨੂੰ ਕੋਸਾ ਕੇ ਕਹਿ ਦਿੱਤਾ ਦੂਸਰਾ ਹੈਗਾ ਕਿ ਜਿਹੜਾ ਮਨ ਦੇ ਵਿੱਚ ਸ਼ੱਕ ਦੀ ਭਾਵਨਾ ਹੁੰਦੀ ਬਹਿਮ ਦੀ ਭਾਵਨਾ ਹੁੰਦੀ ਉਹਨੂੰ ਦੂਰ ਰੱਖੋ ਆਪਣੇ ਆਪ ਤੋਂ ਐਂ ਸੱਚਾ ਪਿਆਰ ਇਸ ਦੁਨੀਆ 'ਤੇ ਸਿਰਫ ਇੱਕ ਜਗ੍ਹਾ ਹੀ ਹੈਗਾ ਆ ਉਹ ਹੈਗਾ ਆ ਮਾਂ ਔਰ ਉਹਦੇ ਬੱਚਿਆਂ ਦਾ ਜਿਹੜਾ ਪਿਆਰ ਹੁੰਦਾ ਹੈਗਾ ਆ ਉਹਨੂੰ ਆਪਾਂ ਨੇ ਸਵਾਰਥ ਪਿਆਰ ਕਹ ਰਹੇ ਨੇ ਇੱਕ ਮਾਂ ਖਾਸ ਤੌਰ ਦੇ ਉੱਤੇ ਔਰ ਬਾਪ ਵੀ ਜਿਹੜਾ ਹੈ ਕਿ ਉਹ ਆਪਣੇ ਬੱਚੇ ਨੂੰ ਨਿਰਸਵਾਰਥ ਹੋ ਕੇ ਪਿਆਰ ਕਰਦੇ ਆ ਉਹ ਅਸਲੀ ਪਿਆਰ ਆ ਬਾਕੀ ਹੁਣ ਕਿਸੇ ਕਹਾਣੀਆਂ ਸਾਰੀਆਂ ਆਪਾਂ ਜਿੰਨੀ ਮਰਜ਼ੀ ਕਹੀ ਜਾਈਏ ਬੱਜ ਹਸਬੈਂਡ ਵਾਈਫ ਇ ਲਵ ਲਵਰ ਬਣ ਕੇ ਰਹਿਣਾ ਆਪਣਾ ਤਾਂ ਮੈਂ ਕਹਿੰਦਾ ਲਾਈਫ ਸੁਵਰਗ ਵਰਗੀ ਆ ਤੇ ਜੇ ਕਿਤੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਆ ਜੇ ਵੀ ਫੇਰ ਕਿਨੇਤਾ ਵਰਗੀ ਕੰਟਰੀ ਵਿੱਚ ਕਾਸ ਤੌਰ ਤੇ ਇਹਦੇ ਨਾਲੋਂ ਪੂਰਾ ਕੋਈ ਨਰਕ ਹੈ ਜਿਸ ਇਟ ਜਿਸ ਇਟ ਬਿਟਰ ਟਰਥ ਜੀ ਇਹ ਬਿਲਕੁਲ ਜੀ ਸੋ ਜਿਸ ਇਟ ਬਿਟਰ ਟਰਥ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਕਰਨ ਜੀ ਹਾਂਜੀ ਹਾਂਜੀ ਲਵੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੰਜੀ ਸੋ ਇੱਥੇ ਪਿਆਰ ਦੀ ਗੱਲ ਚੱਲ ਰਹੀ ਹੈ ਮੇਰੇ ਲਾਈਕ ਸਕਰੋਲ ਕਰਦੇ ਸੀ ਮੈਨੂੰ ਮਾਂ ਤੇ ਕਵਤਾ ਲਿਖੀ ਹੋਈ ਚੇਤੇ ਆ ਗਈ ਹੈ ਕਰਾ ਸੋ ਹਾਂਜੀ ਜ਼ਰੂਰ ਜ਼ਰੂਰ ਪਿਆਰ ਦੀ ਗੱਲ ਚੱਲੇ ਤਾਂ ਮਾਂ ਦੀ ਗੱਲ ਤਾਂ ਲਾਈਕ ਆਟਮੋਸਟ ਉਹ ਤਾਂ ਪਹਿਲੇ ਨੰਬਰ ਤੇ ਆਣਾ ਸੋ ਉਸ ਤੋਂ ਮੈਂ ਸਾਂਝੀ ਕਰਦਾ ਤੇ ਓਕੇ ਸੋ ਸਭ ਤੋਂ ਪਹਿਲਾਂ ਓਕੇ ਸੋ ਇਸ ਤੇ ਮੈਂ ਜਰਨੀ ਸ਼ੋ ਕੀਤੀ ਹੋਈ ਆ ਬੱਚੇ ਦੇ ਬਰਸ ਤੋਂ ਲੈ ਕੇ ਬੱਚੇ ਦੇ ਬਾਹਰ ਹੋਣ ਤੱਕ ਹਨਾ ਸੋ ਸਭ ਤੋਂ ਲਾਗੂ ਹੁੰਦੀ ਆ ਮਾਈ ਸੋ ਸ਼ੁਰੂ ਕਰਦੇ ਆ ਕਹਿੰਦਾ ਕਿ ਦਰਦ ਪੀੜਾ ਦੁੱਖ ਚੱਲ ਮੈਨੂੰ ਸੰਸਾਰ ਦਿਖਾਇਆ ਮਾਂ ਦਰਦ ਪੀੜਾ ਦੁੱਖ ਚੱਲ ਮੈਨੂੰ ਸੰਸਾਰ ਦਿਖਾਇਆ ਮਾਂ ਮੈਨੂੰ ਰੋਂਦੇ ਵੇਖ ਕੇ ਮੈਨੂੰ ਰੋਂਦਾ ਦੇਖ ਕੇ ਸਾਰੇ ਜੀ ਸੀ ਖੁਸ਼ ਹੋਏ ਲੱਗਦਾ ਕਹਿੰਦੇ ਬਚਾਰੋ ਬਿਤਾਓ ਹੈਲਦੀ ਆ ਹਣਾ ਸੋ ਮੈਨੂੰ ਰੋਂਦਾ ਦੇਖ ਕੇ ਸਾਰੇ ਜੀ ਸੀ ਖੁਸ਼ ਹੋਏ ਤੇ ਇਥੋਂ ਚੱਲਣਾ ਹੋਇਆ ਕੁੱਟ ਛਾਤੀ ਨਾਲ ਆਇਆ ਮਾਂ ਇਹ ਸੰਸਾਰ ਦੀ ਕੋਈ ਚੀਜ਼ ਮੈਂ ਮੂੰਹ ਤੇ ਰੱਖੀ ਨਹੀਂ ਇਹ ਸੰਸਾਰ ਦੀ ਕੋਈ ਚੀਜ਼ ਮੈਂ ਮੂੰਹ ਤੇ ਰੱਖੀ ਨਹੀਂ ਤੂੰ ਆਪਣੇ ਵਿੱਚੋਂ ਆਪਣਾ ਦੁੱਧ ਪਿਆਇਆ ਮਾਂ ਤੂੰ ਪਹਿਲੀ ਸ਼ਖਸ ਮੈਂ ਜਿਸ ਨੂੰ ਵੇਖ ਕੇ ਖੁਸ਼ ਹੋਇਆ ਤੂੰ ਪਹਿਲੀ ਸ਼ਖਸ ਮੈਂ ਜਿਸ ਨੂੰ ਵੇਖ ਕੇ ਖੁਸ਼ ਹੋਇਆ ਤੇਰੀ ਬੁੱਕਲ ਦੇ ਵਿੱਚ ਆ ਮੱਥਾ ਧਗ ਮਗਾਇਆ ਮਾਂ ਕਿ ਜਦੋਂ ਬੋਲਣਾ ਵੀ ਨਹੀਂ ਆਉਂਦਾ ਸੀ ਤੂੰ ਮੇਰੀ ਭਾਸ਼ਾ ਸਮਝਦੀ ਰਹੀ ਹੂੰ ਜਦੋਂ ਬੋਲਣਾ ਵੀ ਨਹੀਂ ਆਉਂਦਾ ਸੀ ਤੂੰ ਮੇਰੀ ਭਾਸ਼ਾ ਸਮਝਦੀ ਰਹੀ ਮੇਰੀ ਭੁੱਖ ਪਿਆਸ ਦਾ ਭੇਤ ਇਹ ਸਾਰਾ ਤੇਰੇ ਕੋਲ ਹੀ ਆਇਆ ਮਾਂ ਮੈਂ ਜਦੋਂ ਕਦੇ ਵੀ ਤੇਰੇ ਨਾਲ ਸੀਰ ਉਸ ਜਾਣਾ ਮੈਂ ਜਦੋਂ ਕਦੇ ਵੀ ਤੇਰੇ ਨਾਲ ਸੀ ਰੁੱਸ ਜਾਣਾ ਤੂੰ ਮੇਰੀ ਤਲੀ 'ਚੋਂ ਪੈੜ ਪਛਾਣ ਕੇ ਸਦਾ ਹਸਾਇਆ ਮਾਂ ਸੋ ਆਈ ਥਿੰਕ ਸੋ ਸਾਨੂੰ ਪਤਾ ਪੰਡਾਂ 'ਚ ਜੀ ਆ ਨਾ ਨਾਰਮਲ ਹੁੰਦੀ ਆ ਨਾ ਜਦੋਂ ਰੁੱਸ ਜਾਣਾ ਮੰਮੀਆਂ ਤਾਂ ਕਰਦੀਆਂ ਸੀ ਨਾ ਤਲੀ 'ਚ ਆ ਗੇਲੀ ਆ ਗੇਲੀ ਆ ਨਾ ਪਰ ਆਪਣੀ ਆਪ ਫਿੱਟ ਚੋ ਕਰਦੀ ਸੀ ਯੂ ਨੋ ਗੁਦਗੁਦੀ ਸੋਚੀ ਲਿਖੀ ਹੋਈ ਐ ਇੱਥੇ ਕਿ ਮੈਂ ਜਦੋਂ ਕਦੇ ਵੀ ਤੇਰੇ ਨਾਲ ਸੀ ਰੁੱਸ ਜਾਣਾ ਤੂੰ ਮੇਰੀ ਤਲੀ 'ਚੋਂ ਪੈੜ ਪਛਾਣ ਕੇ ਸਦਾ ਹਸਾਇਆ ਮਾਂ ਜੇ ਮੈਂ ਦੁੱਖ ਲ ਕੋ ਰੱਖਾ ਤੂੰ ਫਿਰ ਵੀ ਚਿਹਰਾ ਪੜ ਲੈਣਾ ਹੂੰ ਜੇ ਮੈਂ ਦੁੱਖ ਲੁਕੋ ਰੱਖਾਂ ਤੂੰ ਫਿਰ ਵੀ ਚਿਹਰਾ ਪੜ ਲੈਣਾ ਤੂੰ ਮੇਰੀ ਖੁਸ਼ੀ ਤੇ ਹਾਸੇ ਬਾਜੂਂ ਕਦੇ ਕੋਈ ਹੋਰ ਨਾ ਚਾਹਿਆ ਮਾਂ ਕਿ ਤੇਰੀਆਂ ਦਸੀਆਂ ਗੱਲਾਂ ਮੈਂ ਅੱਜ ਵੀ ਪੱਲੇ ਬੰਨੀਆਂ ਨੇ ਤੇਰੀਆਂ ਦਸੀਆਂ ਗੱਲਾਂ ਮੈਂ ਅੱਜ ਵੀ ਪੱਲੇ ਬੰਨੀਆਂ ਨੇ ਇੱਥੇ ਸਭ ਨੂੰ ਹੀ ਮੈਂ ਪਿਆਰ ਕਰਾਂ ਇੱਥੇ ਕੋਈ ਨਾ ਗੈਰਪਰਾਇਆ ਮਾਂ ਮੈਨੂੰ ਪਤਾ ਕੁਝ ਮੇਰੀਆਂ ਲਿਖਤਾਂ ਵਿੱਚ ਕੋਈ ਤਤ ਡੂੰਗੀ ਗੱਲ ਨਹੀਂ ਹੁੰਦੀ ਮੈਨੂੰ ਪਤਾ ਕੁਝ ਮੇਰੀਆਂ ਗੱਲਾਂ ਵਿੱਚ ਕੋਈ ਤਤ ਡੂੰਗੀ ਗੱਲ ਨਹੀਂ ਹੁੰਦੀ ਮੇਰਾ ਦਿਲ ਹੌਸਲਾ ਰੱਖਣ ਲਈ ਤੂੰ ਫਿਰ ਵੀ ਉਹਨੂੰ ਸੁਲਾਇਆ ਮਾਂ ਕਿ ਜਦੋਂ ਹੌਸਲਾ ਹਾਰ ਕੇ ਬਹਿ ਗਏ ਸੀ ਇਹ ਮੁਲਖੀ ਕੰਡਲੇ ਰਾਹਾਂ ਤੇ ਜਦੋਂ ਹੌਸਲਾ ਹਾਰ ਕੇ ਬਹਿ ਗਏ ਸੀ ਇਹ ਮੁਲਖੀ ਕੰਡਲੇ ਰਾਹਾਂ ਤੇ ਤੂੰ ਹਿੰਮਤ ਤੇ ਜਜ਼ਬਾ ਦੇ ਕਿ ਮੈਨੂੰ ਫਿਰ ਤੋਂ ਉਠਾਇਆ ਮਾਂ ਕਿ ਮੇਰੀ ਕੋਸ਼ਿਸ਼ ਰੂ ਇਸ ਦੁਨੀਆ ਵਿੱਚ ਤੈਨੂੰ ਲੋਕ ਜਾਣਨ ਲੈ ਨਾਉ ਮੇਰਾ ਮੇਰੀ ਕੋਸ਼ਿਸ਼ ਰੂ ਇਸ ਦੁਨੀਆ ਵਿੱਚ ਤੈਨੂੰ ਲੋਕ ਜਾਣਨ ਲੈ ਨਾ ਮੇਰਾ ਮੇਰੀ ਮਿਹਨਤ ਜਾਰੀ ਏ ਮੇਰਾ ਜਨਮ ਨਾ ਜਾਣਾ ਜਾਇਆ ਮਾਂ ਕਿ ਔਲੈਣ ਬੜੀ ਮਨੁਪਾਵਕ ਕਰ ਦਿੰਦੀ ਬੜੀ ਸੋਹਣੀ ਹੈ ਕਿ ਜਿਹੜੀ ਜੰਨਤ ਤੇਰੇ ਕਦਮਾਂ ਵਿੱਚ ਮੈਨੂੰ ਹੋਰ ਕਿਤੇ ਸੱਚੀ ਮਿਲੀ ਨਹੀਂ ਜਿਹੜੀ ਜੰਨਤ ਤੇਰਿਆਂ ਕਦਮਾਂ ਵਿੱਚ ਮੈਨੂੰ ਹੋਰ ਕਿਤੇ ਸੱਚੀ ਮਿਲੀ ਨਹੀਂ ਬੇਸ਼ੱਕ ਤੇਰਾ ਪੁੱਤ ਚੱਲ ਆਇਆ ਬਾਹਰਲਾ ਮੁਲਖ ਕੋ ਮਾਇਆ ਮਾ ਇਹ ਲਫ਼ਜ਼ ਬੜੇ ਹੀ ਛੋਟੇ ਹਲਕੇ ਕੰਬ ਦੇ ਲੱਗਦੇ ਨੇ ਇਹ ਲਫ਼ਜ਼ ਬੜੇ ਹੀ ਛੋਟੇ ਹਲਕੇ ਕੰਬ ਦੇ ਲੱਗਦੇ ਨੇ ਦਸਮਾਮਸ਼ੀ ਤੇ ਕਿਹੜਾ ਕਵੀ ਲਿਖ ਪਾਇਆ ਮਾ ਦਸਮਾਮਸ਼ੀ ਤੇ ਕਿਹੜਾ ਲਵੀ ਲਿਖ ਪਾਇਆ ਮਾ ਥੈਂਕ ਯੂ ਬਹੁਤ ਹੀ ਇਮੋਸ਼ਨਲ ਬਹੁਤ ਹੀ ਬਹੁਤ ਹੀ ਸੱਚਾਈ ਟਾਈਮ ਥੋੜਾ ਜਿਹਾ ਘਟ ਹੈਗਾ ਜੀ ਤੇ ਜਾਨ ਤੋਂ ਪਹਿਲਾਂ ਲਵੀ ਜੀ ਤੇ ਮਨਜੋਤ ਜੀ ਮੈਂ ਪੁੱਛਣਾ ਚਾਹਾਂਗੀ ਯੋਰ ਫੇਵਰਿਟ Song ਜਾਂ ਯੋਰ ਫੇਵਰਿਟ ਬੋਲੀ ਤੁਸੀਂ ਕਾਫੀ ਟਾਈਮ ਤੋਂ ਇਸ ਇੰਡਸਟਰੀ ਚ ਹੈਗੇ ਹੋ ਕਾਫੀ ਗਾਣੇ ਕਾਫੀ ਬੋਲੀਆਂ ਤੱਪੇ ਤੁਸੀਂ ਪਾਏ ਨੇ ਗਾਏ ਨੇ ਵਨ ਇਫ ਯੂ ਹੈਵ ਟੂ ਪਿਕ ਵਨ ਕੋਈ ਇੱਕ ਫੇਵਰਿਟ ਜੋ ਤੁਹਾਡੇ ਦਿਲ ਨੂੰ ਲੱਗਦਾ ਜਾਂ ਤੁਹਾਨੂੰ ਬਹੁਤ ਖੁਸ਼ ਕਰਦਾ ਐਨੀ ਵਨ ਲਵੀ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਮ ਜੇ ਪਾ ਫੇਵਰਟ Song ਦੀ ਗੱਲ ਕਰੀਏ ਤਾਂ ਮੈਂ ਇੱਕ ਲਾਈਕ ਇਦਾਂ ਨਹੀਂ ਕਹਿ ਸਕਦਾ ਇੱਕੋ ਤਾਂ ਨਹੀਂ ਕੋਈ ਹੈਗਾ ਹਨਾ ਬਟ ਹਾਂ ਜੋ ਰਾਈਟ ਨਾਓ ਅੱਜਕੱਲ ਮੇਰੀ ਗੱਡੀ 'ਚ ਜ਼ਿਆਦਾ ਚੱਲ ਰਿਹਾ ਮੈਂ ਸੁਣ ਰਿਹਾ ਮੈਂ ਉਹਦੀ ਵਾਰੀ ਜ਼ਿਕਰ ਕਰ ਦਿੰਨਾ ਕਮਲਜੀਤ ਜੀ ਦਾ ਗਾਣਾ ਇੱਕ ਜਿਹਦੇ ਪਿੱਛੇ ਗਿਆ ਚੁਦਾਈ ਦੇਲਾ ਮੇਰਿਆ ਹਾਂਜੀ ਤੇ ਉਹੀ ਮੈਂ ਸੁਣਾ ਦੇਣਾ ਤੁਹਾਨੂੰ ਜ਼ਰੂਰ ਹੋ ਜਿੰਦੇ ਦਿਲ ਵਿੱਚ ਹੋਵੇ ਚੋਰ ਆਉਂਦੇ ਲਈ ਨਾ ਮਰੀਏ ਜੇ ਹੋਵੇ ਦਿਲ ਕਮਜ਼ੋਰ ਮੁਹੱਬਤ ਨਾ ਕਰੀਏ ਰਾਤ ਤੋਤੇ ਵਾਂਗੂ ਦਿਲ ਨੂੰ ਇਹੋ ਸਖਾਈ ਦਾ ਜੇ ਛੱਡ ਕੇ ਤੁਰ ਜੇ ਯਾਰ ਮਗਰ ਨਹੀਂ ਜਾਈ ਦਾ ਜਿੰਦੇ ਪਿੱਛੇ ਹੋ ਗਿਓ ਸੁਦਾਈ ਦਿਲਾ ਮੇਰਿਆ ਉਹ ਹੀ ਚੀਜ਼ ਨਿਕਲੀ ਪੁਰਾਈ ਦਿਲਾ ਮੇਰਿਆ ਜਿੰਦੇ ਪਿੱਛੇ ਹੋ ਗਿਓ ਸੁਦਾਈ ਦਿਲਾ ਮੇਰਿਆ ਉਹ ਹੀ ਚੀ ਜਨਿਕਲੀ ਪੁਰਾਈ ਦਿਲਾਂ ਮੇਰਿਆ ਹੂੰ ਪੰਛੀ ਪਰਦੇਸੀ ਅਤੇ ਟੁੱਟੇ ਹੋਏ ਤਾਰਿਆਂ ਨੂੰ ਕੀਨੇ ਕਦੋਂ ਕਾਲੇ ਲਾਇਆ ਦੱਸ ਦੇ ਵਿਚਾਰਿਆਂ ਨੂੰ ਹਉ ਕਿੰਨੀ ਵਾਰੀ ਓਹ ਕਿੰਨੀ ਵਾਰੀ ਏ ਹੋ ਹੋ ਗੱਲ ਸਮਝਾਈ ਦਿਲਾ ਮੇਰਿਆ ਓਹੀ ਚੀਜ਼ ਨਿਕਲੀ ਪਰਾਇ ਦਿਲਾ ਮੇਰਿਆ ਜੀਂਦੇ ਪਿੱਛੇ ਹੋ ਗਿਓ ਸੁਦਾਈ ਦਿਲਾ ਮੇਰਿਆ ਓਹੀ ਚੀਜ਼ ਨਿਕਲੀ ਪਰਾਇ ਦਿਲਾ ਮੇਰਿਆ ਥੈਂਕ ਯੂ ਬਹੁਤ ਹੀ ਸੋਹਣੇ ਬੋਲ ਤੇ ਰਿਐਲਿਟੀ ਚੈੱਕ ਮਿਲ ਜਾਂਦਾ ਜੀ ਇਹਨਾਂ ਨੂੰ ਇਹਨਾਂ ਨੂੰ ਸੁਣ ਕੇ ਮਨਜੋਤ ਜੀ ਐਨੀਥਿੰਗ ਦੈਟ ਯੂ ਫੀਲ ਇਜ਼ ਯੋਰ ਫੇਵਰਿਟ ਅ ਅੱਜਕੱਲ ਤਾਂ ਬੋਲੀਆਂ ਹੀ ਮੇਰੀਆਂ ਮਨਪਸੰਦ ਹੋਈਆਂ ਨੇ ਕਿਉਂਕਿ ਰੀਸੈਂਟਲੀ ਰਿਲੀਜ਼ ਵੀ ਹੋਈਆਂ ਬੋਲੀਆਂ ਤੇ ਜਿਵੇਂ ਆਪਾਂ ਅੱਜ ਪਿਆਰ ਦੀ ਗੱਲ ਕੀਤੀ ਮਾਵਾਂ ਧੀਆਂ ਦੀ ਗੱਲ ਕਰਦੇ ਆਂ ਤੇ ਮਾਵਾਂ ਧੀਆਂ ਦਾ ਰਿਲੇਸ਼ਨ ਜਿਹੜਾ ਇੱਕ ਸਹੇਲੀਆਂ ਦਾ ਵੀ ਰਿਲੇਸ਼ਨ ਹੁੰਦਾ ਸੋ ਮੈਂ ਮਾਂ ਧੀ ਤੇ ਇੱਕ ਬੋਲੀ ਜ਼ਰੂਰ ਸੁਣਾਉਣਾ ਚਾਹੂੰਗੀ ਜ਼ਰੂਰ ਸੁਣਨੀ ਮਾਏ ਸੁਣਨੀ ਅੰਮੀਏ ਸੁਣ ਲੈ ਗੱਲ ਕਹਾਣੀ ਜੇ ਮੈਂ ਤੇਰੀ ਰਾਜਕੁਮਾਰੀ ਤੂੰ ਦੁਨੀਆ ਦੀ ਰਾਣੀ ਟੈਣੀ ਮੰਨਣੀ ਮੈਂ ਕਿਸੇ ਦੀ ਤੂੰ ਵੀ ਛੱਡ ਦੇ ਚੋਰਾ ਖੁੱਲਕੇ ਨੱਚੂਗਾ ਮਾਵਾਂ ਤੀਆਂ ਦਾ ਜੋੜਾ ਖੁੱਲਕੇ ਨੱਚੂਗਾ ਮਾਵਾਂ ਤੀਆਂ ਦਾ ਜੋੜਾ ਬਿਊਟੀਫੁਲੀ ਵੈਰੀ ਵੈਰੀ ਬਿਊਟੀਫੁਲ ਤੇ ਇਸ ਦੇ ਨਾਲ ਹੀ ਸਾਡਾ ਸ਼ੋਅ ਅੱਜ ਦਾ ਖਤਮ ਹੁੰਦਾ ਹੈ ਜੀ ਮਨਜੋਤ ਜੀ ਦੀ ਬੋਲੀਆਂ ਰਿਲੀਜ਼ ਹੋਈਆਂ ਨੇ ਹਰ ਪਲੇਟਫਾਰਮ ਤੇ ਉਤੇ ਮਨਜੋਤ ਜੀ Spotify YouTube ਹਰ ਹਰ ਥਾਂ ਤੇ ਐਵਰੀਵੇਅਰ ਹਰ ਇੱਕ ਡਿਜੀਟਲ ਪਲੇਟਫਾਰਮ ਤੇ ਤੁਹਾਨੂੰ ਮਿਲ ਜਾਣਗੀਆਂ ਜੀ ਬੋਲੀਆਂ ਦੇਸੀ ਫੋਕ ਬਾਈ ਮਨਜੋਤ ਢਿੱਲੋਂ ਬੋਲੀਆਂ ਦੇਸੀ ਫੋਕ ਮਨਜੋਤ ਢਿੱਲੋਂ ਤੇ ਲਵੀ ਜੀ ਤੁਹਾਡਾ ਟਰੈਕ ਤੁਸੀਂ ਕਹਿ ਰਹੇ ਹੋ ਇੱਕ ਹੋਰ ਹੋਣ ਰਿਲੀਜ਼ ਹੋਣੇ ਨੇ ਅਤੇ ਤੁਹਾਡਾ ਇੱਕ ਇੱਕ ਟਰੈਕ ਫ फेब्रुवारी ਰਿਲੀਜ਼ ਹੋਇਆ ਸੀ ਤੁਸੀਂ ਕਿਹਾ ਸੀ ਮੈਨੂੰ ਹਾਂਜੀ ਸ਼ਾਰਪਾਈਜ਼ ਲਵੀ ਲਖਤਮ ਵਿਦ ਗੁਰਲੀ ਜਖਤਰ ਹਾਂਜੀ ਜੇ ਪ੍ਰੂਫ ਜੀ ਦਾ 뮤직 ਆਉਂਦੇ ਚ ਅੱਛਾ ਲਵੀ ਲਖਤਮ ਜੀ ਦਾ 뮤직 ਸੋਈ ਜਿਹੜਾ ਗਾਣਾ ਇਸ ਨਾਂ ਤੋਂ ਜੇ ਅਸੀਂ ਸਰਚ ਕਰਾਂਗੇ ਵੀ ਵਿਲ ਫਾਈਂਡ ਇਟ ਡੈਫੀਨਟਲੀ ਤੇ ਸ਼ਾਰਪਾਈਜ਼ ਆਨ YouTube ਹਾਂਜੀ ਜ਼ਰੂਰ ਤੇ ਅੱਗੇ ਵੀ ਤੁਹਾਡੇ ਪ੍ਰੋਜੈਕਟਸ ਕਾਫੀ ਆ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਯਾਰ ਬਿਲਕੁਲ ਐਂਡ ਆਈ ਵਿਸ਼ ਬੋਥ ਆਫ ਯੂ 올 ਦ ਲੱਕ ਤੁਸੀਂ ਆ ਕੇ ਇਨੀ ਰੌਣਕ ਲਾਈ ਸ਼ੋ ਦੇ ਵਿੱਚ ਥੈਂਕ ਯੂ ਸੋ ਮੱਚ ਫॉर ਯਰ ਟਾਈਮ ਟੂਡੇ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਤੇ ਇਸ ਦੇ ਨਾਲ ਹੀ ਸਾਡਾ ਸ਼ੋਅ ਖਤਮ ਹੁੰਦਾ ਹੈ ਜੀ ਆਈ ਹੋਪ ਯੂ ਹੈਵ ਅ ਬ੍ਰਿਲੀਅੰਟ ਸੰਡੇ ਅਗਲੇ ਅਗਲਾ ਵੀਕ ਸ਼ੁਰੂ ਹੋ ਰਿਹਾ ਹੈ ਮੰਡੇ ਤੋਂ ਹੋਪ ਯੂ ਇੰਜੋਏ ਐਂਡ ਹੈਵ ਅ ਫੈਂਟਾਸਟਿਕ ਵੀਕ ਅਸੀਂ ਮਿਲਾਂਗੇ ਅਗਲੇ ਵੀਕਐਂਡ ਸੈਟਰਡੇ ਐਂਡ ਸੰਡੇ ਦੋ ਨਵੇਂ ਟੌਪਿਕ ਲੈ ਕੇ ਆਵਾਂਗੀ ਮੈਂ ਤੁਹਾਡੇ ਲਈ misha with week weekends with misha de ote menu. is and i will meet you next weekend